ਕਮਰਸ਼ੀਅਲ ਲਾਉਣ ਵਾਸਤੇ ਓਕੇ ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ ਦੋਸਤੋ ਇਹ ਸੀ ਇੱਕ ਪੈਗਾਮ ਰੇਡੀਓ ਚੰਨ ਪਰਦੇਸੀ ਵੱਲੋਂ ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰਿਤ ਅਤੇ ਦਾਨਸ਼ਵਰ ਦੋਸਤੋ ਤੁਹਾਡੀ ਖਿਦਮਤ 'ਚ ਸਾਡੇ ਮਸਲੇ ਅਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੇਰੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਆਪ ਜੀ ਦਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਨੂੰ ਜਾਣ ਕੇ ਪ੍ਰਸੰਨਤਾ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਪ੍ਰਸਿੱਧ ਜਰਨਲਿਸਟ ਗੁਰਸ਼ਮਸ਼ੀਰ ਸਿੰਘ ਜੀ, ਜਿਨ੍ਹਾਂ ਨੇ ਲਾਅ ਦੀ ਡਿਗਰੀ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ, ਪਰ ਪਿਛਲੇ 6 ਸਾਲਾਂ ਤੋਂ ਉਹ ਫ੍ਰੀਲੈਂਸ ਦੇ ਤੌਰ 'ਤੇ ਡਿਜੀਟਲ ਜਰਨਲਿਸਟ ਦੇ ਤੌਰ 'ਤੇ ਕਾਰਜ ਕਰ ਰਹੇ ਨੇ ਔਰ ਉਹਦੀ ਪ੍ਰਸੰਸਾ ਹੈ। ਤਕਰੀਬਨ 6 ਕੁ ਮਹੀਨੇ ਪਹਿਲਾਂ ਰੇਡੀਓ ਮੰਚ ਦੇ ਉੱਪਰ ਵੀ ਆਏ ਸਨ, ਉਹਨਾਂ ਨਾਲ ਗੱਲਬਾਤ ਹੋਈ ਸੀ ਔਰ ਸਰੋਤਿਆਂ ਦੀ ਫੀਡਬੈਕ ਬਹੁਤ ਚੰਗੀ ਸੀ। ਸੋ ਮੇਰਾ ਫਿਰ ਜੀ ਕਰਤਾ ਕੀਤਾ ਸੀ ਉਹਨਾਂ ਦੇ ਨਾਲ ਗੱਲ ਕਰਨ ਵਾਸਤੇ। ਸੋ ਅੱਜ ਮੇਰੇ ਨਾਲ ਉਹ ਹੁਣ ਲਾਈਨ ਦੇ ਉੱਪਰ ਜੁੜ ਗਏ ਨੇ। ਉਹਨਾਂ ਤੋਂ ਉਹਨਾਂ ਦੇ ਇੰਪ੍ਰੈਸ਼ਨਸ ਲੈਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਹੁਣੇ ਭਾਰਤ ਦੀ ਪਾਰਲੀਮੈਂਟ ਦਾ ਸੈਸ਼ਨ ਸਮਾਪਤ ਹੋਇਆ, ਉਹਨੂੰ ਉਹ ਕਿਵੇਂ ਦੇਖਦੇ ਨੇ, ਉਹਨਾਂ ਦੀਆਂ ਬਤੌਰ ਜਰਨਲਿਸਟ ਕੀ ਆਬਜ਼ਰਵੇਸ਼ਨਸ ਨੇ, ਇਹ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਕੋਲੋਂ ਸੁਣਾਂਗੇ। ਕੁਝ ਹੋਰ ਮਹੱਤਵਪੂਰਨ ਵਿਸ਼ੇ ਹੋਣਗੇ, ਉਹਨਾਂ ਨਾਲ ਵੀ ਗੱਲ ਕਰਦੇ ਜਾਵਾਂਗੇ। ਸੋ ਮੈਂ ਇਹਦੇ ਨਾਲ ਹੀ ਆਪਣੇ ਵੱਲੋਂ, ਅਦਾਰਾ ਚੰਨ ਪਰਦੇਸੀ ਵੱਲੋਂ ਔਰ ਦੇਸ਼ ਵਿਦੇਸ਼ ਦੇ ਜੁੜੇ ਹੋਏ ਬਹੁਤ ਹੀ ਸੂਝਵਾਨ ਸਰੋਤਿਆਂ ਦੀ ਤਰਫੋਂ ਪੱਤਰਕਾਰ ਗੁਰਸ਼ਮਸ਼ੀਰ ਸਿੰਘ ਹੋਣਾ ਨੂੰ ਰੇਡੀਓ ਮੰਚ ਦੇ ਉੱਪਰ ਆਉਣ ਵਾਸਤੇ ਉਹਨਾਂ ਦਾ ਧੰਨਵਾਦ ਔਰ ਜੀ ਆਇਆਂ ਨੂੰ। ਗੁਰਸ਼ਮਸ਼ੀਰ ਜੀ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਹੋ ਜੀ, ਕੀ ਕਹਿਣਾ ਚਾਹੋਗੇ ਜੀ? ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ ਇੱਕ ਵਾਰੀ ਫਿਰ ਮੌਕਾ ਦੇਣ ਲਈ। ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਭਾਰਤ ਦੀ ਸੰਸਦ ਦਾ ਇਸ ਵਾਰੀ ਦਾ ਮਾਹੌਲ ਪੁਰਾਣੇ 10 ਸਾਲਾਂ ਦੇ ਮੁਕਾਬਲੇ ਤੇ ਤੁਸੀਂ ਕਿਵੇਂ ਵੇਖਦੇ ਹੋ ਔਰ ਉਹਦਾ ਜਿਸ ਵੀ ਨੁਕਤੇ ਤੋਂ ਆਪਣੀ ਗੱਲਬਾਤ ਸ਼ੁਰੂ ਕਰਨਾ ਚਾਹੋ, ਯੂ ਆਰ ਮੋਸਟ ਵੈਲਕਮ ਜੀ। ਜੀ ਜੀ, ਜਿਹੜੀ ਭਾਰਤ ਦੀ ਜਿਹੜੀ ਇਸ ਵਾਰ ਦੀ ਜਿਹੜੀ 18ਵੀਂ ਲੋਕ ਸਭਾ ਹੈ, ਉਹਦਾ ਜਿਹੜਾ ਪਹਿਲਾ ਸੈਸ਼ਨ ਹੈ ਉਹ ਕੰਕਲੂਡ ਹੋ ਕੇ ਹਟਿਆ, ਤੇ ਜਿਹੜਾ ਇਹਦਾ ਮਾਹੌਲ ਹੈ, ਇਹ ਪਹਿਲੀਆਂ ਜਿਹੜੀਆਂ ਮਤਲਬ ਕਿ 2014-2019 ਦੀ ਜਿਹੜੀ ਸੈਸ਼ਨ ਦਾ ਜਿਹੜਾ ਮਾਹੌਲ ਸੀਗਾ ਉਸ ਤੋਂ ਕੁਛ ਅੱਡ ਹੈ ਜਾਂ ਨਹੀਂ ਅੱਡ, ਇਹ ਗੱਲ ਸਮਝਣ ਲਈ ਸਾਨੂੰ ਇਸ ਨੂੰ ਦੇਖਣਾ ਪਏਗਾ ਕਿ ਇਹਦੀ ਫਾਰਮੇਸ਼ਨ ਦੇ ਵਿੱਚ ਫਰਕ ਕੀ ਹੈ ਪਿਛਲੀਆਂ ਦੋ ਦੇ ਨਾਲੋਂ।
ਜਿਹੜੀ 2014 ਦੀ ਸੀ ਜਾਂ 2019 ਦੀ ਸੀ। 2014 ਦੇ ਵਿੱਚ ਜਿਹੜੀ ਓਪੋਜੀਸ਼ਨ ਸੀ ਬੀਜੇਪੀ ਦੀ 2014 ਦੇ ਵਿੱਚ ਵੀ 300 ਤੋਂ ਵੱਧ ਸੀਟਾਂ ਸੀਗੀਆਂ, 2019 ਦੇ ਵਿੱਚ ਵੀ। ਤੇ ਜਿਹੜੀ ਓਪੋਜੀਸ਼ਨ ਸੀ, ਜਿਹੜੀ ਮੇਨ ਓਪੋਜੀਸ਼ਨ ਪਾਰਟੀ ਸੀ ਕਾਂਗਰਸ, ਪਹਿਲੀ ਦਫੇ 2014 ਦੇ ਵਿੱਚ ਉਹਨਾਂ ਦੀਆਂ 44 ਸੀਟਾਂ ਸੀ ਤੇ 2019 ਦੇ ਵਿੱਚ ਉਹਨਾਂ ਦੀਆਂ 54 ਸੀਟਾਂ ਸੀ। ਤੇ ਇਸ ਵਾਰ ਉਹਨਾਂ ਦੀਆਂ 99 ਸੀਟਾਂ ਨੇ, ਜਿਹੜੀ ਕਿ ਇਕੱਲੀ ਮੇਨ ਪਾਰਟੀ ਹੈ। ਕਾਂਗਰਸ ਜਿਹੜੀ ਸੀ 2014 ਦੇ ਵਿੱਚ ਵੀ ਵੱਡੀ ਪਾਰਟੀ ਸੀ, 2019 ਦੇ ਵਿੱਚ ਵੀ ਵੱਡੀ ਪਾਰਟੀ ਸੀ, ਪਰ ਜਿੰਨਾ ਟੋਟਲ ਮੈਂਬਰ ਹੈਗਾ ਲੋਕ ਸਭਾ ਦੇ ਵਿੱਚ 543-545 ਤੱਕ ਦੀ ਜਿਹੜੀ ਨਫਰੀ ਹੈ, ਉਸ ਦੀ 1% ਹੈ। ਉਸ ਫੀਸਦ ਤੋਂ ਜੇ ਤੁਸੀਂ ਥੱਲੇ ਰਹਿੰਦੇ ਹੋ ਤਾਂ ਤੁਸੀਂ ਭਾਵੇਂ ਵੱਡੀ ਪਾਰਟੀ ਹੋ ਸਕਦੇ ਹੋ, ਪਰ ਤੁਸੀਂ ਲੀਡਰ ਆਫ ਓਪੋਜੀਸ਼ਨ ਦਾ ਜਿਹੜਾ ਅਹੁਦਾ ਹੈਗਾ ਉਹ ਤੁਹਾਨੂੰ ਨਹੀਂ ਮਿਲਦਾ। ਤਾਂ ਇਸ ਕਰਕੇ 2014 ਤੇ 2019 ਦੇ ਵਿੱਚ ਜਿਹੜੀ ਕਾਂਗਰਸ ਸੀ ਉਹਦੀਆਂ ਸੀਟਾਂ ਇੰਨੀਆਂ ਘੱਟ ਸੀਗੀਆਂ ਕਿ ਉਹ ਲੋਕ ਸਭਾ ਜਿਹੜਾ ਅਹੁਦਾ ਸੀ ਵੱਡੀ ਪਾਰਟੀ ਹੋਣ ਦੇ ਬਾਵਜੂਦ ਵੀ ਨਹੀਂ ਲੈ ਸਕੀ। ਪਰ 2024 ਦੇ ਵਿੱਚ ਜਿਹੜਾ ਉਹ ਇੱਕ ਬੈਂਚ ਮਾਰਕ ਹੈ, ਉਸ ਬੈਂਚ ਮਾਰਕ ਨੂੰ ਇਹਨਾਂ ਨੇ ਕ੍ਰੋਸ ਕੀਤਾ, ਤਾਂ ਉਸ ਦੀ ਵਜ੍ਹਾ ਕਰਕੇ ਇਹ ਜਿਹੜਾ ਲੋਕ ਸਭਾ ਦੇ ਵਿੱਚ ਜਿਹੜਾ ਓਪੋਜੀਸ਼ਨ ਦੇ ਲੀਡਰ ਦਾ ਅਹੁਦਾ ਉਹ ਕਾਂਗਰਸ ਪਾਰਟੀ ਦੇ ਕੋਲ ਆਇਆ ਵੱਡੀ ਪਾਰਟੀ ਹੋਣ ਦੇ ਨਾਤੇ। ਤੇ ਟੋਟਲ ਇੱਥੇ ਜਿਹੜਾ ਮਤਲਬ ਕਿ ਇੰਡੀਆ ਬਲੋਕ ਸੀਗਾ ਉਹਨਾਂ ਦੀਆਂ ਵੈਸੇ 235 ਸੀਟਾਂ ਨੇ ਟੋਟਲ, ਉਹਦੇ ਵਿੱਚ ਹੋਰ ਜਿਹੜੀਆਂ ਪਾਰਟੀਆਂ ਨੇ ਚਾਹੇ ਉਹ ਸ਼ਿਵ ਸੈਨਾ ਜਾਂ TMC ਹੈ, ਜਿੰਨੀਆਂ ਵੀ ਹੋਰ ਪਾਰਟੀਆਂ ਨੇ ਇੰਡੀਆ ਬਲੋਕ ਦੀਆਂ, ਪਰ ਸਭ ਤੋਂ ਵੱਡੀ ਪਾਰਟੀ ਜਿਹੜੀ ਕਾਂਗਰਸ ਹੈ ਉਹਦਾ ਟੋਟਲ ਨੰਬਰ ਜਿਹੜਾ 235 ਹੈ। ਤੇ ਜਿਹੜੀ ਬੀਜੇਪੀ ਹੈ ਜਾਂ NDA ਜਿਹੜਾ ਬਲੋਕ ਹੈ ਉਹ ਬੀਜੇਪੀ ਦੀਆਂ ਇਕੱਲੀ ਦੀਆਂ ਸੀਟਾਂ 240 ਨੇ ਤੇ ਜਿਹੜਾ ਟੋਟਲ NDA ਬਲੋਕ ਹੈ ਉਹਨਾਂ ਦੀਆਂ ਸੀਟਾਂ 303 ਨੇ। ਤਾਂ ਇਸ ਦੀ ਵਜ੍ਹਾ ਕਰਕੇ ਇਹ ਜਿਹੜਾ ਸਾਰਾ ਮਾਹੌਲ ਹੈ ਹੁਣ ਪਹਿਲੇ ਸੈਸ਼ਨ ਦਾ ਉਹਦੇ ਵਿੱਚ ਫਰਕ ਹੈ। ਉਹ ਫਰਕ ਇਹੀ ਹੈ ਕਿ ਇੱਕ ਤਾਂ ਇੱਕ ਲੀਡਰ ਆਫ ਓਪੋਜੀਸ਼ਨ ਦਾ ਜਿਹੜਾ ਇੱਕ ਅਹੁਦਾ ਹੈਗਾ ਉਹ ਇਸ ਵਾਰ ਵੇਕੈਂਟ ਨਹੀਂ ਹੈ। ਇਸ ਦੇ ਵਿੱਚ ਉਹਨਾਂ ਦੇ ਉਸ ਅਹੁਦੇ ਤੇ ਹੁਣ ਰਾਹੁਲ ਗਾਂਧੀ ਨੂੰ ਫਾਇਜ਼ ਹੋਏ ਨੇ। ਤਾਂ ਰਾਹੁਲ ਗਾਂਧੀ ਕਾਂਗਰਸ ਦੇ ਨੇਤਾ ਨੇ, ਗਾਂਧੀ ਪਰਿਵਾਰ ਨਾਲ ਜੁੜੇ ਹੋਏ ਨੇ, ਹਾਲਾਂਕਿ ਕਾਂਗਰਸ ਜਿਹੜੇ ਪ੍ਰਧਾਨ ਨੇ ਉਹ ਇਸ ਟਾਈਮ ਖੜਗੇ ਸਾਹਿਬ ਨੇ, ਪਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਾਂਗਰਸ ਦੀ ਜਿਹੜੀ ਸਾਰੀ ਰੂਹੇ ਰਵਾਂ ਆ ਉਹ ਰਾਹੁਲ ਗਾਂਧੀ ਨੇ। ਹਾਲਾਂਕਿ ਓਪੋਜੀਸ਼ਨ ਦੇ ਲੀਡਰ ਦਾ ਅਹੁਦਾ ਮਿਲਣ ਤੋਂ ਪਹਿਲਾਂ ਉਹ ਮਹਿਜ਼ ਇੱਕ MP ਸੀਗੇ, ਪਰ ਫਿਰ ਵੀ ਆਪਾਂ ਉਹਨਾਂ ਨੇ ਜਿਸ ਢੰਗ ਦੇ ਨਾਲ ਸਾਰੀ ਇਲੈਕਸ਼ਨ ਲੜੀ ਹੈ, ਜਿਸ ਢੰਗ ਦੇ ਨਾਲ ਸਾਰਾ ਨਰੇਟਿਵ ਉਹਨਾਂ ਦੇ ਦੁਆਲੇ ਘੁੰਮਿਆ ਇਲੈਕਸ਼ਨ ਦੇ ਦੌਰਾਨ, ਤਾਂ ਉਸ ਤੋਂ ਜਦੋਂ ਉਹ ਓਪੋਜੀਸ਼ਨ ਦੇ ਲੀਡਰ ਬਣੇ ਤਾਂ ਓਬਵੀਅਸਲੀ ਇੱਕ ਹੁਲਾਰਾ ਕਾਂਗਰਸ ਪਾਰਟੀ ਦੇ ਜਿਹੜੇ MP ਸੀਗੇ ਅੰਦਰ ਤੇ ਜਿਹੜਾ ਇੰਡੀਆ ਦਾ ਸਾਰਾ ਬਲੋਕ ਸੀ ਉਹਨਾਂ ਦੇ ਵਿੱਚ ਜ਼ਰੂਰ ਇੱਕ ਉਸ ਦੇ ਨਾਲ ਉਹਨਾਂ ਨੂੰ ਮਿਲਿਆ। ਤੇ ਇਹਦੇ ਵਿੱਚ ਇਹ ਜਿਹੜੀ ਰਵਾਇਤ ਹੈ ਉਹ ਰਵਾਇਤ ਇਹ ਹੈ ਕਿ ਵੀ ਜਦੋਂ ਪਹਿਲਾ ਸੈਸ਼ਨ ਹੁੰਦਾ ਤਾਂ ਉਹਦੇ ਵਿੱਚ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ ਉਹ ਇੱਕ ਤਾਂ ਆਪਣੀ ਸਹੁੰ ਚੁੱਕਦੇ ਨੇ, ਸਾਰੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਸਹੁੰ ਚੁਕਾਈ ਜਾਂਦੀ ਹੈ। ਫਿਰ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਜਿਹੜਾ ਕੰਟਰੀ ਦਾ ਉਹ ਇੱਕ ਐਡਰੈਸ ਕਰਦਾ ਤੇ ਉਸ ਐਡਰੈਸ ਦੇ ਵਿੱਚ ਐਡਰੈਸ ਦੇ ਉੱਤੇ ਫਿਰ ਬਹਿਸ ਹੁੰਦੀ ਹੈ। ਉਹ ਬਹਿਸ ਜਿਹੜੀ ਆ ਉਸਨੂੰ ਓਪਨ ਜਿਹੜਾ ਓਪੋਜੀਸ਼ਨ ਦਾ ਲੀਡਰ ਕਰਦਾ, ਫਿਰ ਉਹਦਾ ਜਵਾਬ ਪ੍ਰਧਾਨ ਮੰਤਰੀ ਦਿੰਦੇ ਨੇ ਤੇ ਹੋਰ ਸਾਰੇ ਜਿਹੜੇ ਵੀ ਜਿਹੜੇ ਹੋਰ ਚੁਣੇ ਹੋਏ ਨੁਮਾਇੰਦੇ ਨੇ ਉਹ ਆਪਣੀ ਗੱਲ ਰੱਖ ਸਕਦੇ ਨੇ। ਤੇ ਇਹੀ ਚੀਜ਼ ਇਸ ਵਾਰ ਹੋਈ ਹੈ, ਜਿਹੜੇ ਕਿ ਦ੍ਰੋਪਦੀ ਮੁਰਮੂ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇੱਕ ਜਿਹੜਾ ਐਡਰੈਸ ਕੀਤਾ ਸੀਗਾ ਸਹੁੰ ਚੁੱਕਣ ਤੋਂ ਬਾਅਦ, ਤਾਂ ਉਸ ਐਡਰੈਸ ਦੇ ਉੱਤੇ ਰਾਹੁਲ ਗਾਂਧੀ ਨੇ ਜਿਹੜਾ ਹੈਗਾ ਆਪਣੀ ਸਪੀਚ ਰੱਖੀ
ਦੇਖੀ ਆ ਤਾਂ ਉਸ ਸਪੀਚ ਦੇ ਵਿੱਚ ਰਵਾਇਤ ਇਹ ਹੁੰਦੀ ਆ ਕਿ ਜੋ ਪ੍ਰੈਜ਼ੀਡੈਂਟ ਦੇ ਵੱਲੋਂ ਕਿਹਾ ਗਿਆ ਤੁਸੀਂ ਉਸ ਨੂੰ ਮਤਲਬ ਕਿ ਉਸ ਤੇ ਉੱਤੇ ਕਮੈਂਟ ਦੇਣਾ ਹੁੰਦਾ ਬੀਂਗ ਐਨ ਓਪੋਜੀਸ਼ਨ ਤੇ ਉਹਦੇ ਵਿੱਚ ਹੀ ਪਰ ਉਹ ਜਿਹੜਾ ਪ੍ਰੈਜ਼ੀਡੈਂਟ ਦਾ ਐਡਰੈਸ ਹੁੰਦਾ ਉਹ ਗਵਰਨਮੈਂਟ ਦਾ ਵਰਜਨ ਹੀ ਹੁੰਦਾ ਜੋ ਗਵਰਨਮੈਂਟ ਸੈਂਟਰਲ ਗਵਰਨਮੈਂਟ ਮੌਕੇ ਦੀ ਜੋ ਕਹਿਣੀ ਚਾਹੁੰਦੀ ਹੈ ਤੇ ਉਹ ਦ੍ਰਿਪਤੀ ਮੁਰਮੂ ਉਹਨਾਂ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਵੀ ਉਹਦੇ ਵਿੱਚ ਵਧਾਈਆਂ ਦਿੱਤੀਆਂ ਗਈਆਂ ਜਾਂ ਜੋ ਵੀ ਪਿਛਲੇ ਸਮਿਆਂ ਦੇ ਵਿੱਚ ਨਰਿੰਦਰ ਮੋਦੀ ਗਵਰਨਮੈਂਟ ਨੇ ਕੀਤਾ ਉਹਦਾ ਇੱਕ ਪੱਖ ਉਹਨਾਂ ਨੇ ਰੱਖਿਆ ਤੇ ਉਸ ਤੇ ਜਿਹੜੀ ਸਪੀਚ ਉਹਨਾਂ ਦੀ ਆਈ ਰਾਹੁਲ ਗਾਂਧੀ ਉਹਨਾਂ ਦੀ ਜਿਸ ਤੋਂ ਇਹ ਸਾਰਾ ਮਾਹੌਲ ਬਣਿਆ ਉਹ ਇਹ ਹੈਗਾ ਕਿ ਮਤਲਬ ਕਿ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪੱਖ ਰੱਖਣ ਦੀ ਉਹਦੇ ਚ ਕੋਸ਼ਿਸ਼ ਕੀਤੀ ਹੈ ਜਾਂ ਜੋ ਉਹਨਾਂ ਦਾ ਮੁਹਾਵਰਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਸਪੀਚ ਦੇ ਨਾਲ ਡੇਢ ਘੰਟੇ ਦੇ ਲਗਭਗ ਰਾਹੁਲ ਗਾਂਧੀ ਬੋਲੇ ਨੇ ਤਾਂ ਉਸ ਦੇ ਵਿੱਚ ਜਿਹੜਾ ਪੱਖ ਹੈ ਉਹ ਇੱਕ ਜਿਹੜੇ ਜਿਹੜਾ ਧਰਮ ਦੀ ਸਿਆਸਤ ਬੀਜੇਪੀ ਨੇ ਪਿਛਲੇ 10 ਸਾਲਾਂ ਚ ਜਾਂ ਖਾਸ ਤੌਰ ਤੇ ਬਾਕੀ ਜਦੋਂ ਤੋਂ ਪਾਰਟੀ ਬਣੀ ਹੈ 1984 ਤੋਂ ਲੈ ਕੇ ਉਦੋਂ ਤੱਕ ਲਗਾਤਾਰ ਕਰਦੀ ਰਹੀ ਹੈ ਉਸ ਨੂੰ ਉਹਦੀ ਧਰਮ ਦੀ ਸਿਆਸਤ ਦੇ ਦੁਆਲੇ ਹੀ ਜਿਹੜਾ ਹੈਗਾ ਆ ਉਹਨਾਂ ਨੂੰ ਜਿਹੜਾ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਢੰਗ ਦੇ ਨਾਲ ਜਿਹੜੇ ਸ਼ਿਵਜੀ ਨੇ ਜਿਹੜੇ ਜਿਹਨਾਂ ਨੂੰ ਭਗਵਾਨ ਮੰਨਿਆ ਜਾਂਦਾ ਹਿੰਦੂ ਮਿਥੋਲੋਜੀ ਦੇ ਵਿੱਚ ਉਹਨਾਂ ਦੀ ਇੱਕ ਫੁਟੇਜ ਦੇ ਨਾਲ ਉਹਨਾਂ ਨੇ ਇਹ ਆਪਣਾ ਭਾਸ਼ਣ ਸ਼ੁਰੂ ਕੀਤਾ ਤੇ ਉਸ ਮੁਹਾਵਰੇ ਦੇ ਵਿੱਚ ਸਾਰੀ ਗੱਲ ਕੀਤੀ ਉਹਦਾ ਲਬੋ ਲਬਾਬ ਗੱਲ ਦਾ ਇਹ ਸੀ ਕਿ ਇਸ ਜਿਹੜੀ ਪਿਛਲੀ 10 ਸਾਲ ਦੀ ਗਵਰਨਮੈਂਟ ਰਹੀ ਹੈ ਬੀਜੇਪੀ ਦੀ ਉਸ ਦੇ ਵੱਲੋਂ ਵੱਖ ਵੱਖ ਹਥਕੰਡੇ ਵਰਤ ਕੇ ਓਪੋਜੀਸ਼ਨ ਨੂੰ ਜਾਂ ਜਿਹੜੇ ਵੱਖਰੀ ਰਾਏ ਰੱਖਣ ਵਾਲੇ ਲੋਕ ਸੀ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜੋ ਸ਼ਿਵਜੀ ਕਹਿੰਦੇ ਆ ਸ਼ਿਵਜੀ ਇਹ ਗੱਲ ਕਹਿੰਦੇ ਆ ਵੀ ਨਾ ਤਾਂ ਡਰੋ ਤੇ ਨਾ ਡਰਾਓ ਇਹ ਜਿਹੜੀ ਇਹ ਬੇਸਿਕ ਧਾਰਨਾ ਹੈ ਸ਼ਿਵਜੀ ਦੀ ਤਾਂ ਜਦੋਂ ਬੀਜੇਪੀ ਇਹ ਗੱਲ ਕਰ ਰਹੀ ਹੈ ਤਾਂ ਇਹ ਸ਼ਿਵਜੀ ਨੇ ਜੋ ਕਿਹਾ ਹਿੰਦੂਆਂ ਨੂੰ ਫੋਲੋ ਕਰਨ ਲਈ ਕਿਹਾ ਜਾਂ ਸਾਨੂੰ ਫੋਲੋ ਕਰਨ ਲਈ ਕਿਹਾ ਉਸ ਨੂੰ ਇਹ ਵਾਇਲੇਟ ਕਰ ਰਹੇ ਨੇ ਇਸ ਕਰਕੇ ਇਹ ਆਪਣੇ ਆਪ ਨੂੰ ਹਿੰਦੂ ਬਸ਼ੱਕ ਦੀ ਕਹਿ ਰਹੇ ਆ ਬਟ ਇਹ ਅਸਲ ਦੇ ਵਿੱਚ ਹਿੰਦੂ ਨਹੀਂ ਹੈਗੇ ਤੋ ਇੱਕ ਹਿਸਾਬ ਦੇ ਨਾਲ ਜੋ ਬੀਜੇਪੀ ਦਾ ਇੱਕ ਚੰਗੇ ਹਿੰਦੂ ਹੋਣ ਦਾ ਜਾਂ ਵੱਡੇ ਹਿੰਦੂ ਹੋਣ ਦਾ ਜਿਹੜਾ ਸਾਰਾ ਇੱਕ ਦਾਅਵਾ ਹੈਗਾ ਜਾਂ ਪੋਲੀਟਿਕਸ ਹੈਗੀ ਹੈ ਉਹਨਾਂ ਨੇ ਉਹਦੇ ਤੇ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿੱਚ ਉਹਨਾਂ ਨੇ ਇਕੱਲੇ ਹਿੰਦੂ ਧਰਮ ਦਾ ਫਿਰ ਮੁਹਾਵਰਾ ਨਹੀਂ ਲਿਆ ਹਾਲਾਂਕਿ ਮੁਹਾਵਰਾ ਵੱਡਾ ਮੁਹਾਵਰਾ ਉਹਦੇ ਤੋਂ ਹੀ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਉਹਨਾਂ ਦਾ ਵੀ ਇੱਕ ਹਵਾਲਾ ਦਿੱਤਾ ਮਹਾਵੀਰ ਜੈਨ ਜਿਹੜੇ ਕਿ ਜੈਨ ਧਰਮ ਦੇ ਸੰਸਥਾਪਕ ਨੇ ਉਹਨਾਂ ਦਾ ਵੀ ਇੱਕ ਹਵਾਲਾ ਦਿੱਤਾ ਜੀਸਸ ਕ੍ਰਾਈਸਟ ਦਾ ਵੀ ਇੱਕ ਹਵਾਲਾ ਦਿੱਤਾ ਤੇ ਹਜ਼ਰਤ ਮੁਹੰਮਦ ਦਾ ਵੀ ਇੱਕ ਹਵਾਲਾ ਦਿੱਤਾ ਕਾਇੰਡ ਆਫ ਇੱਕ 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 ਉਹਨਾਂ ਨੇ ਸੈਕੂਲਰ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਇੱਕ ਜਿਹੜਾ ਆਪਾਂ ਕਦੇ ਵੀ ਦੇਖਦੇ ਹਾਂ ਜਿਹੜੇ ਵੀ ਇਹ ਇਮੈਜਿਨਰੀ ਫੋਟੋਗ੍ਰਾਫਸ ਜਿਹੜੀਆਂ ਬਣੀਆਂ ਨੇ ਉਹਦੇ ਵਿੱਚ ਇਹ ਹੈ ਕਿ ਉਹ ਜਿਹੜਾ ਹੱਥ ਮਤਲਬ ਕਿ ਕੀਤਾ ਹੁੰਦਾ ਕਿਸੇ ਪੈਗੰਬਰ ਨੇ ਉਸ ਨੂੰ ਇੱਕ ਹਿੰਦੂ ਮਿਥੋਲੋਜੀ ਦੇ ਵਿੱਚ ਜਾਂ ਉਹ ਯੋਗ ਦੇ ਵਿੱਚ ਅਭੈ ਮੁਦਰਾ ਕਹਿੰਦੇ ਨੇ ਤੇ ਉਸ ਨੂੰ ਉਹਨਾਂ ਨੇ ਪਾਰਟੀ ਦਾ ਜਿਹੜਾ ਸਿੰਬਲ ਹੈ ਹੱਥ ਪੰਜੇ ਦਾ ਉਸ ਦੇ ਨਾਲ ਜੋੜ ਕੇ ਕਿਹਾ ਕਿ ਵੀ ਹਾਲਾਂਕਿ ਉਹ ਇੱਕ ਨੌਲੇਜੀ ਬਿਲਡ ਕੀਤੀ ਹੈ ਐਕਚੁਅਲੀ ਉਹ ਇਹ ਤਾਂ ਕੋਈ ਧਾਰਮਿਕ ਵਿਦਵਾਨ ਦੱਸ ਸਕਦਾ ਜਾਂ ਯੋਗ ਦਾ ਮਾਹਰ ਦੱਸ ਸਕਦਾ ਕਿ ਉਹ ਕਿੰਨੀ ਕੁ ਗੱਲ ਸਹੀ ਹੈ ਉਹਦੇ ਆਪਾਂ ਟੈਕਨੀਕੈਲਿਟੀ ਚ ਨਾ ਵੀ ਜਾਈਏ ਪਰ ਉਹਦਾ ਲਬੋ ਲਬਾਵ ਇਹ ਸੀ ਕਿ ਵੀ ਮਤਲਬ ਕਿ ਜਿਹੜਾ ਵੀ ਡਰ ਪੈਦਾ ਕੀਤਾ ਗਿਆ ਬੀਜੇਪੀ ਦੇ ਵੱਲੋਂ ਓਪੋਜੀਸ਼ਨ ਦੇ ਲੀਡਰਸ ਦੇ ਉੱਤੇ ਜਾਂ ਜਿਹੜੇ ਵੀ ਲੋਕ ਵਿਰੋਧੀ ਵਿਚਾਰ ਰੱਖਦੇ ਸੀ ਜਾਂ ਵੱਖਰਾ ਵਿਚਾਰ ਰੱਖਦੇ ਸੀ ਉਹ ਇੱਕ ਜੋ ਧਰਮ ਦੀ ਕਾਨੂੰਨ ਦੀ ਇੱਕ ਘੋਰ ਉਲੰਘਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਰਨ ਤੋਂ ਬਾਅਦ
ਜਿਹੜਾ ਮਤਲਬ ਕਿ ਵੱਖਰੇ ਵੱਖਰੇ ਜਿਹੜੇ ਮਸਲੇ ਨੇ ਜਿਹੜੇ ਦਾਅਵੇ ਰਹੇ ਨੇ ਬੀਜੇਪੀ ਗਵਰਨਮੈਂਟ ਦੇ ਉਸ ਦੇ ਉੱਤੇ ਉਹ ਆਏ, ਉਹਨਾਂ ਨੇ ਉਹਦੇ ਤੇ ਕਮੈਂਟ ਦਿੱਤਾ। ਪਹਿਲਾਂ ਤਾਂ ਧਰਮ ਦੀ ਸਿਆਸਤ ਤੇ ਜਿਹੜਾ ਹਿੱਟ ਕੀਤਾ, ਫਿਰ ਉਸ ਤੋਂ ਬਾਅਦ ਜਿਵੇਂ ਫੌਜ ਦੇ ਵਿੱਚ ਅਗਨੀਵੀਰ ਨਾਂ ਦੀ ਜਿਹੜੀ ਸਕੀਮ ਚਲਾਈ ਗਈ ਹੈ ਉਸ ਦੇ ਉੱਤੇ ਉਹਨਾਂ ਨੇ ਹਿੱਟ ਕੀਤਾ। ਉਹਦੇ ਵਿੱਚ ਅਜੇ ਸਿੰਘ ਨਾਂ ਦੇ ਲੁਧਿਆਣਾ ਜ਼ਿਲ੍ਹੇ ਦੇ ਆਪਣੇ ਅਗਨੀਵੀਰ ਪੰਜਾਬ ਦੇ ਜਿਹੜੇ ਸੀਗੇ ਉਹਨਾਂ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਉੱਥੇ ਕਿ ਬੀਜੇਪੀ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਪੰਜਾਬ ਜਾਂ ਹਰਿਆਣਾ ਜਾਂ ਵੈਸਟਰਨ ਯੂਪੀ ਦੇ ਵਿੱਚੋਂ ਇਹ ਟ੍ਰੈਡੀਸ਼ਨਲੀ ਰਿਹਾ ਕਿ ਲੋਕ ਜਿਹੜੇ ਨੇ ਆਪਣੇ ਨੌਜਵਾਨ ਜਿਹੜੇ ਨੇ ਬਹੁਤ ਜ਼ਿਆਦਾ ਭਰਤੀ ਹੁੰਦੇ ਨੇ ਫੌਜ ਦੇ ਵਿੱਚ, ਇੱਕ ਰੁਜ਼ਗਾਰ ਦਾ ਵੱਡਾ ਸਾਧਨ ਹੈ ਫੌਜ। ਤੇ ਹੁਣ ਜਿਹੜੀ ਸਾਲ 2023 ਦੇ ਸ਼ੁਰੂ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਹੈ ਇਹਨੇ ਇੱਕ ਅਗਨੀਵੀਰ ਨਾਂ ਦੀ ਜਿਹੜੀ ਸਕੀਮ ਜਿਹੜੀ ਸੀ ਉਹ ਇੰਟਰੋਡਿਊਸ ਕੀਤੀ ਹੈ। ਉਸ ਦੇ ਵਿੱਚ ਇਹ ਹੈ ਕਿ ਵੀ ਤੁਸੀਂ ਜਿਹੜੀ ਫੌਜ ਦੇ ਵਿੱਚ ਤੁਹਾਡੀ ਭਰਤੀ ਹੈ ਉਹ ਹੁਣ ਰੈਗੂਲਰ ਭਰਤੀ ਨਾ ਹੋ ਕੇ ਇੱਕ ਕੈਜੂਅਲ ਭਰਤੀ ਹੁੰਦੀ ਹੈ, ਤੇ ਉਸ ਕੈਜੂਅਲ ਭਰਤੀ ਦੇ ਤਹਿਤ ਤੁਸੀਂ 4 ਸਾਲ ਦੇ ਲਈ ਮਤਲਬ ਕਿ ਜਿਹੜਾ ਤੁਹਾਨੂੰ ਜਿਹੜੀ ਆਰਮੀ ਦੇ ਵਿੱਚ ਉਹ ਰੱਖਿਆ ਜਾਂਦਾ, ਤੇ ਉਸ ਤੋਂ ਬਾਅਦ 4 ਸਾਲ ਦੇ ਵਿੱਚ ਤੁਹਾਨੂੰ ਪਰਕਸ ਜਿਹੜੀਆਂ ਨੇ ਬੇਸਿਕ ਪੇ ਦੀਆਂ ਮਿਲਦੀਆਂ ਨੇ, ਤੇ ਉਸ ਤੋਂ ਬਾਅਦ ਤੁਹਾਨੂੰ ਰਿਟਾਇਰ ਕਰ ਦਿੱਤਾ ਜਾਊਗਾ, ਟ੍ਰੇਨਿੰਗ ਤੁਹਾਨੂੰ ਦਿੱਤੀ ਜਾਊਗੀ ਤੇ 4 ਸਾਲ ਬਾਅਦ ਤੁਹਾਨੂੰ ਰਿਟਾਇਰ ਕਰ ਦਿੱਤਾ ਜਾਊਗਾ, ਤੇ ਕੋਈ ਉਹਦੀ ਇੱਕ ਲਮਸਮ ਅਮਾਊਂਟ ਤੁਹਾਨੂੰ ਦਿੱਤੀ ਜਾਊਗੀ, ਪਰ ਤੁਹਾਨੂੰ ਕੋਈ ਪੈਨਸ਼ਨ ਦਾ ਬੈਨੀਫਿਟ, ਕੋਈ ਮੈਡੀਕਲ ਦਾ ਬੈਨੀਫਿਟ ਜਿਵੇਂ ਇੱਕ ਰੈਗੂਲਰ ਸਿਪਾਹੀ ਨੂੰ, ਫੌਜ ਦੇ ਸਿਪਾਹੀ ਨੂੰ ਲਗਾਤਾਰ ਮਿਲਦਾ ਰਿਹਾ, ਉਹ ਉਸ ਕਿਸਮ ਦਾ ਤੁਹਾਨੂੰ ਨਹੀਂ ਮਿਲੂਗਾ। ਤੇ ਇਸ ਦੇ ਦੌਰਾਨ ਦੇ ਵਿੱਚ ਜਿਸ ਤਰ੍ਹਾਂ ਵਾਰਦਾਤਾਂ ਹੋ ਰਹੀਆਂ, ਤਾਂ ਉਹਦੇ ਵਿੱਚ ਜਿਹੜੇ ਮੁੰਡੇ ਅਗਨੀਵੀਰ ਸਕੀਮ ਦੇ ਤਹਿਤ ਗਏ ਸੀਗੇ ਉਹਨਾਂ ਦੇ ਵਿੱਚੋਂ ਕੁਛ ਮੁੰਡਿਆਂ ਦੀਆਂ ਸ਼ਹਾਦਤਾਂ ਹੋਈਆਂ ਨੇ, ਤਾਂ ਉਹਦੇ ਲਿਹਾਜ਼ ਨਾਲ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੂੰ ਜਿਸ ਤਰ੍ਹਾਂ ਪਹਿਲੇ ਫੌਜੀਆਂ ਨੂੰ ਇੱਕ ਸਨਮਾਨ ਮਿਲਦਾ ਸੀ ਜਾਂ ਇੱਕ ਕੰਪਨਸੇਸ਼ਨ ਮਿਲਦਾ ਸੀ, ਉਹ ਕੰਪਨਸੇਸ਼ਨ ਕਿਉਂਕਿ ਇਹ ਜਿਹੜੇ ਫੌਜੀ ਨੇ ਪੱਕੀ ਭਰਤੀ ਨਹੀਂ ਹੈਗੀ, ਤਾਂ ਉਹ ਫੈਮਿਲੀ ਅਲੈਜ ਕਰਦੀ ਹੈ, ਹਾਲਾਂਕਿ ਸਕੀਮ ਵੀ ਇਹੀ ਕਹਿੰਦੀ ਹੈ ਕਿ ਉਸ ਕਿਸਮ ਦਾ ਮੁਆਵਜ਼ਾ ਜਾਂ ਉਹ ਸਨਮਾਨ ਜਿਹੜਾ ਨਾ ਮਿਲਦਾ, ਨਾ ਕੋਈ ਫੈਮਿਲੀ ਨੂੰ ਅੱਗੋਂ ਨੌਕਰੀ ਮਿਲਦੀ ਹੈ, ਨਾ ਉਹ ਸਾਰਾ ਪੱਖ ਜਿਹੜਾ ਇੱਕ ਆਮ ਫੌਜੀ ਨੂੰ ਦਿੱਤਾ ਜਾਂਦਾ ਜਿਹੜਾ ਰੈਗੂਲਰ ਭਰਤੀ ਹੋਇਆ, ਤਾਂ ਉਹ ਇੱਕ ਇਸ਼ੂ ਉਹਨਾਂ ਨੇ ਉੱਥੇ ਉਭਾਰਿਆ, ਜਿਸ ਦੇ ਉੱਤੇ ਰਾਜਨਾਥ ਸਿੰਘ ਜਿਹੜੇ ਕਿ ਡਿਫੈਂਸ ਮਿਨਿਸਟਰ ਨੇ ਉਹਨਾਂ ਦੇ ਵੱਲੋਂ ਵੀ ਇੱਕ ਜਿਹੜਾ ਹੈਗਾ ਸਟੇਟਮੈਂਟ ਦਿੱਤਾ ਗਿਆ ਕਿ ਇਹ ਸਦਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਅਸੀਂ ਅਗਨੀਵੀਰ ਨੂੰ ਪੈਸੇ ਦਿੰਨੇ ਆ 1 ਕਰੋੜ ਰੁਪਇਆ ਦਿੰਨੇ ਆ। ਤਾਂ ਉਹ ਉਸ ਤੋਂ ਬਾਅਦ ਉਹ ਹੁਣ ਬੀਬੀਸੀ ਪੰਜਾਬੀ ਨੇ ਇੱਕ ਸਟੋਰੀ ਵੀ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ, ਕੱਲ ਰਾਤ ਨੂੰ ਰਾਹੁਲ ਗਾਂਧੀ ਉਹਨਾਂ ਨੇ ਉਸ ਮਸਲੇ ਦੇ ਉੱਤੇ ਟਵੀਟ ਕੀਤਾ, ਤੇ ਉਸ ਸਟੋਰੀ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਅਜੇ ਸਿੰਘ ਨਾਂ ਦਾ ਅਗਨੀਵੀਰ ਸ਼ਹੀਦ ਹੋਇਆ ਸੀਗਾ ਲੁਧਿਆਣੇ ਜ਼ਿਲ੍ਹੇ ਦਾ, ਉਹਨਾਂ ਦੀ ਫੈਮਿਲੀ ਕਹਿ ਰਹੀ ਹੈ ਕਿ ਸਾਨੂੰ ਕੋਈ ਵੀ ਜਿਹੜਾ ਮੁਆਵਜ਼ਾ ਹੈਗਾ ਆ ਉਹ ਸੈਂਟਰਲ ਗਵਰਨਮੈਂਟ ਦੇ ਵੱਲੋਂ ਨਹੀਂ ਦਿੱਤਾ ਗਿਆ। ਤੋ ਕਿਤੇ ਨਾ ਕਿਤੇ ਜਿਹੜੀ ਗੱਲ ਰਾਹੁਲ ਗਾਂਧੀ ਨੇ ਜੋ ਐਲੀਗੇਸ਼ਨ ਲਾਇਆ ਉਸ ਨੂੰ ਫੈਮਿਲੀ ਨੇ ਐਂਡੋਰਸ ਕੀਤਾ, ਤਾਂ ਇਸ ਕਰਕੇ ਇੱਕ ਟਫ ਮਾਹੌਲ ਦੇਖਣ ਨੂੰ ਜਿਹੜਾ ਹੈਗਾ ਮਿਲਿਆ ਇਸ ਇਸ਼ੂ ਦੇ ਉੱਤੇ ਵੀ। ਤੇ ਉਸ ਤੋਂ ਬਾਅਦ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਇਸ਼ੂ ਚੱਲ ਰਿਹਾ, ਨੀਟ ਦਾ ਇੱਕ ਐਗਜ਼ਾਮ ਹੁੰਦਾ ਜਿਹਦੇ ਵਿੱਚ ਜਿਹੜੀਆਂ ਸਾਰੀਆਂ ਜਿਹੜੇ ਮੈਡੀਕਲ ਐਜੂਕੇਸ਼ਨ ਆ ਇੰਜੀਨੀਅਰਿੰਗ ਦਾ ਉਹ ਉਹਨਾਂ ਦਾ ਇੱਕ ਇੱਕ ਪੇਪਰ ਹੁੰਦਾ ਜਿਹਨਾਂ ਨੇ ਉਹਨਾਂ ਕੋਰਸਿਸ ਦੇ ਵਿੱਚ ਦਾਖਲਾ ਲੈਣਾ ਜਿਹੜੇ ਬੱਚਿਆਂ ਨੇ, ਤਾਂ ਉਹਨਾਂ ਉਹ ਇਗਜ਼ਾਮ ਰੱਖਿਆ ਗਿਆ ਸੀ। ਪਹਿਲਾਂ ਉਹ ਸਟੇਟਸ ਲੈਂਦੀਆਂ ਸੀਗੀਆਂ, ਆਪਾਂ ਜਾਣਦੇ ਹਾਂ ਕਿ PMT ਨਾਂ ਦਾ ਇੱਕ ਇਗਜ਼ਾਮ ਹੋਇਆ ਕਰਦਾ ਸੀ ਪੰਜਾਬ ਦੇ ਵਿੱਚ, ਤਾਂ ਉਹ ਇੱਦਾਂ ਹੀ ਹਰ ਸਟੇਟ ਦਾ ਆਪਣਾ ਇਗਜ਼ਾਮ ਹੁੰਦਾ ਸੀ। ਤਾਂ ਹੁਣ ਪਿਛਲੇ ਟੈਨਿਊਰ ਦੇ ਵਿੱਚ ਯੂਨੀਅਨ ਗਵਰਨਮੈਂਟ ਦੀ ਇਹਨਾਂ ਨੇ ਉਹ ਸਾਰੀਆਂ ਡਿਸਬੈਂਡ ਕਰਕੇ ਇੱਕ ਸੈਂਟਰਲ ਐਗਜ਼ਾਮ ਜਿਹੜਾ ਹੈਗਾ ਇੰਜੀਨੀਅਰਿੰਗ ਦੀ ਐਜੂਕੇਸ਼ਨ ਦੇ ਵਾਸਤੇ, ਮੈਡੀਕਲ ਦੀ ਐਜੂਕੇਸ਼ਨ ਦੇ ਵਾਸਤੇ ਇੱਕ ਸੈਂਟਰਲ ਐਗਜ਼ਾਮ ਬਣਾਇਆ ਸੀਗਾ।
ਉਸ ਨੂੰ ਨੀਟ ਦਾ ਇਗਜ਼ਾਮ ਕਿਹਾ ਜਾਂਦਾ ਤੇ ਬੀਤੇ ਦਿਨਾਂ ਦੇ ਵਿੱਚ ਉਹ ਇਗਜ਼ਾਮ ਜਿਹੜਾ ਸੀਗਾ ਹੋਣਾ ਸੀ ਤਾਂ ਉਹ ਇਗਜ਼ਾਮ ਜਦੋਂ ਹੋਇਆ ਤਾਂ ਉਸ ਦੇ ਵਿੱਚ ਉਹਦੀ ਉਹ ਇਗਜ਼ਾਮ ਹੋਣ ਤੋਂ ਪਹਿਲਾਂ ਹੀ ਜਿਵੇਂ ਭਾਰਤ ਦੇ ਵਿੱਚ ਅੱਗੇ ਵੀ ਹੁੰਦਾ ਉਹ ਜਿਹੜਾ ਹੈਗਾ ਲੀਕ ਹੋ ਗਿਆ ਤਾਂ ਉਹ ਲੀਕ ਹੋਣ ਤੋਂ ਬਾਅਦ ਉਸ ਦਾ ਇੱਕ ਵੱਡਾ ਮਸਲਾ ਬਣਿਆ ਤੇ ਮਸਲਾ ਬਣਨ ਤੋਂ ਬਾਅਦ ਕਾਫੀ ਮਾਪੇ ਨਾਰਾਜ਼ ਨੇ, ਬੱਚਿਆਂ ਨੇ ਕੁਛ ਨੇ, ਬੱਚੇ ਵੀ ਕਾਫੀ ਨਾਰਾਜ਼ ਨੇ ਜਿਨ੍ਹਾਂ ਨੇ ਪੇਪਰ ਅਪੀਅਰ ਕੀਤਾ ਤਾਂ ਹੁਣ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮਿਨਿਸਟਰੀ ਆਫ ਜਿਹੜੀ ਐਜੂਕੇਸ਼ਨ ਹੈ ਉਸ ਨੂੰ ਮੈਨੇਜ ਕਰ ਰਹੀ ਹੈ ਤਾਂ ਉਹ ਇੱਕ ਇਸ਼ੂ ਚੱਲ ਰਿਹਾ ਸੀ ਤਾਂ ਨੀਟ ਦੇ ਇਗਜ਼ਾਮ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਸਰਕਾਰ ਨੂੰ ਕਰੜੇ ਹੱਥੀ ਲੈਣ ਦੀ ਕੋਸ਼ਿਸ਼ ਕੀਤੀ ਹੈ ਰਾਹੁਲ ਗਾਂਧੀ ਨੇ ਉਸ ਦੇ ਵਿੱਚ ਜਿਹੜਾ ਕਿ ਬੱਚਿਆਂ ਦੀ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਤਾਂ ਇੰਪਲੋਇਮੈਂਟ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਇੰਪਲੋਇਮੈਂਟ ਦੇ ਵਿੱਚ ਕਿੰਨਾ ਪਿਛੜ ਗਏ ਹਾਂ ਤੇ ਜਿਹੜੀਆਂ ਮਹਿੰਗਾਈ ਦਾ ਜਿਹੜਾ ਸਾਰਾ ਮਸਲਾ ਹੈਗਾ ਜਿਹਨੂੰ ਉਹ ਕੈਂਪੇਨ ਦੇ ਦੌਰਾਨ ਉਭਾਰਦੇ ਰਹੇ ਜਦੋਂ ਇਲੈਕਸ਼ਨ ਕੈਂਪੇਨ ਹੋਣੀ ਸੀ ਉਹ ਉਸ ਦੇ ਵਿੱਚ ਉਭਾਰਿਆ ਤਾਂ ਉਹ ਇੱਕ ਐਂਗਲ ਜਿਹੜਾ ਹੈਗਾ ਉਹ ਸਾਰਾ ਉਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਵੱਖ ਫਰੰਟ ਦੇ ਉੱਤੇ ਜਿਹੜੀ ਓਪੋਜੀਸ਼ਨ ਹੈ ਉਹਨੂੰ ਘੇਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਜਿਹੜੀ ਰਾਹੁਲ ਗਾਂਧੀ ਨੇ ਔਰ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀਗੀ ਉਹਦੇ ਵਿੱਚ ਕਾਫੀ ਜ਼ਿਆਦਾ ਅਗਰੈਸ਼ਨ ਸੀ ਉਹ ਪਹਿਲਾਂ ਵੀ ਬੋਲਦੇ ਰਹੇ ਨੇ ਜਦੋਂ ਆਪਾਂ ਨੂੰ ਯਾਦ ਹੋਊਗਾ ਹਿੰਡਨਬਰਗ ਰਿਪੋਰਟ ਆਈ ਸੀ ਪਿਛਲੇ ਸਾਲ ਹਿੰਡਨਬਰਗ ਰਿਪੋਰਟ ਜਿਹੜੀ ਹੈ ਜਿਹੜਾ ਕਿ ਕਾਰੋਬਾਰੀ ਅਦਾਰਾ ਹੈਗਾ ਗੌਤਮ ਅਡਾਨੀ ਦਾ ਉਸ ਤੇ ਉਹਨਾਂ ਨੇ ਜੋ ਮੌਲ ਪ੍ਰੈਕਟਿਸਿਸ ਕੀਤੀਆਂ ਨੇ ਉਸ ਦੇ ਉੱਤੇ ਸੀਗੀ ਤਾਂ ਉਦੋਂ ਵੀ ਇੱਕ ਫਾਇਰ ਬ੍ਰੈਂਡ ਸਪੀਚ ਇਹਨਾਂ ਦੇ ਵੱਲੋਂ ਦਿੱਤੀ ਗਈ ਸੀ ਜਿਹਦੇ ਵਿੱਚ ਇੱਕ ਆਖਿਆ ਗਿਆ ਸੀ ਕਿ ਅਡਾਨੀ ਜਿਹੜੇ ਨੇ ਉਹ ਨਰਿੰਦਰ ਮੋਦੀ ਦੇ ਕਾਫੀ ਖਾਸਮ ਖਾਸ ਨੇ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਬੋਲਿਆ ਗਿਆ ਤਾਂ ਇਸ ਨੂੰ ਲੈ ਕੇ ਜਿਹੜੇ ਸਪੀਕਰ ਸੀਗੇ ਓਮ ਬਿਰਲਾ ਜਾਂ ਬੀਜੇਪੀ ਉਹਨਾਂ ਨੇ ਓਬਜੈਕਟ ਕੀਤਾ ਤੇ ਉਹ ਐਕਸਪੰਜ ਕਰ ਦਿੱਤਾ ਗਿਆ ਸੀਗਾ ਜਿਹੜਾ ਵੀ ਇਹਨਾਂ ਨੇ ਐਲੀਗੇਸ਼ਨ ਲਾਇਆ ਸੀ ਨਰਿੰਦਰ ਮੋਦੀ ਦਾ ਪਿਛਲੀ ਵਾਰ ਦੀ ਮੈਂ ਗੱਲ ਕਰ ਰਿਹਾ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਢੰਗ ਦੇ ਨਾਲ ਉਹਨਾਂ ਨੂੰ ਡਿਸਮੈਂਬਰ ਕੀਤਾ ਗਿਆ ਇੱਕ ਡੈਫਾਮੇਸ਼ਨ ਕੇਸ ਦੇ ਥੱਲੇ ਉਹ ਇੱਕ ਸਾਰੀ ਕਵਾਇਦ ਹੈਗੀ ਹੈ ਤਾਂ ਹੁਣ ਉਹੀ ਸਿਮਿਲਰ ਚੀਜ਼ ਇਹਨਾਂ ਨੇ ਇਸ ਆਪਣੇ ਭਾਸ਼ਣ ਦੇ ਵਿੱਚ ਵੀ ਇਹ ਗੱਲ ਕਹੀ ਕਿ ਕਰੋਨੀ ਕੈਪੀਟਲਿਸਟਾਂ ਦੀ ਗੱਲ ਉਹਨਾਂ ਨੇ ਜਦੋਂ ਕੀਤੀ ਤਾਂ ਇਹ ਗੱਲ ਫਿਰ ਉਹਨਾਂ ਨੇ ਮੁੜ ਕੇ ਦੁਹਰਾਈ ਕਿ ਕਿਸ ਢੰਗ ਦੇ ਨਾਲ ਅੰਬਾਨੀ ਅਡਾਨੀ ਜਿਹੜੇ ਨੇ ਉਹਨਾਂ ਨੂੰ ਬੈਨੀਫਿਟ ਦਿੱਤਾ ਜਾ ਰਿਹਾ ਫਿਰ ਉਹਨਾਂ ਨੇ ਕਿਸਾਨਾਂ ਦੀ ਗੱਲ ਵੀ ਚੱਕੀ ਕਿ ਉਹ ਲੀਗਲ ਗਰੰਟੀ ਮੰਗ ਰਹੇ ਨੇ ਲੜਾਈ ਲੜ ਰਹੇ ਆ ਉਹਨਾਂ ਨੂੰ ਮਤਲਬ ਕਿ ਸੈਂਟਰਲ ਗਵਰਨਮੈਂਟ ਨੇ ਗੋਲੀਆਂ ਮਾਰੀਆਂ ਜਾਂ ਜੋ ਵੀ ਰਿਪਰੈਸ਼ਨ ਕੀਤਾ ਉਹ ਸਾਰੇ ਇਸ਼ੂ ਉਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਸ ਤੋਂ ਇਹ ਦੇਖਣ ਵਾਲਾ ਸੀਗਾ ਕਿ ਉਹ ਇੱਕ ਹੁਣ ਇੱਕ ਕਾਂਗਰਸ ਦੇ MP ਦੇ ਤੌਰ ਤੇ ਨਹੀਂ ਗੱਲ ਕੱਲੀ ਕਰ ਰਹੇ ਸੀ ਉਹ ਲੀਡਰ ਆਫ ਦ ਓਪੋਜੀਸ਼ਨ ਦੇ ਤੌਰ ਤੇ ਗੱਲ ਕਰ ਰਹੇ ਸੀ ਉਹਨਾਂ ਦੇ ਪਿੱਛੇ 235 ਬੰਦਿਆਂ ਦਾ ਇੱਕ ਜਿਹੜਾ ਪੂਰਾ ਇੰਡੀਆ ਦਾ ਬਲੌਕ ਹੈ ਉਹਨਾਂ ਦਾ ਜਿਹੜਾ ਇੱਕ ਮੁਹਾਵਰਾ ਸੀਗਾ ਤੇ ਉਸ ਕਰਕੇ ਇਹ ਸਾਰਾ ਇੱਕ ਮਾਹੌਲ ਜਿਹੜਾ ਸੀਗਾ ਬਿਲਕੁਲ ਅਲੱਗ ਸੀਗਾ ਤੇ ਉਹਦੇ ਵਿੱਚ ਉਹ ਸਾਰਾ ਖਿੱਚ ਹਾਲਾਂਕਿ ਬੀਜੇਪੀ ਦੇ ਜਿਹੜੇ ਮੈਂਬਰ ਸੀ ਜਾਂ ਜਿਹੜੇ ਟ੍ਰੈਜਰੀ ਬੈਂਚ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਿਹੜਾ ਸੱਤਾ ਪਕਸ਼ ਦੇ ਹੁੰਦੇ ਆ ਉਹ ਉਹਨਾਂ ਨੇ ਕਾਫੀ ਇੰਟਰਪਟ ਕਰਨ ਦੀ ਵੀ ਕੋਸ਼ਿਸ਼ ਕੀਤੀ ਨਰਿੰਦਰ ਮੋਦੀ ਨੇ ਵੀ ਇਹ ਗੱਲ ਆਖਣ ਦੀ ਆਖੀ ਕਿ ਇਹ ਪੂਰੇ ਹਿੰਦੂ ਸਮਾਜ ਨੂੰ ਮਤਲਬ ਕਿ ਰਾਹੁਲ ਗਾਂਧੀ ਦੇ ਵੱਲੋਂ ਹਿੰਸਕ ਕਿਹਾ ਗਿਆ ਕਿਉਂਕਿ ਉਹਨਾਂ ਨੇ ਇਹ ਗੱਲ ਆਪਣੇ ਭਾਸ਼ਣ ਦੇ ਵਿੱਚ ਉਭਾਰੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਵੀ ਜਿਹੜੇ ਸਾਰੇ ਦਿਨ ਹਿੰਦੂ ਕਰਦੇ ਨੇ ਇਹ ਲੋਕਾਂ ਨੂੰ ਡਰਾਉਂਦੇ ਵੀ ਨੇ ਤੇ ਆਪ ਡਰਦੇ ਵੀ ਨੇ ਤੇ ਹਿੰਸਾ ਵੀ ਕਰਦੇ ਨੇ ਤੇ ਹਾਲਾਂਕਿ ਉਹਨਾਂ ਨੇ ਇਹ ਜਿਹੜੀ ਗੱਲ ਹੈ ਉਹ ਬੀਜੇਪੀ ਦੇ ਹਵਾਲੇ ਨਾਲ ਜਾਂ RSS ਦੇ ਹਵਾਲੇ ਨਾਲ ਆਖੀ ਸੀ ਪਰ ਬੀਜੇਪੀ ਤੇ RSS ਦੇ ਜਿਹੜੇ ਲੋਕ ਨੇ ਉਹ ਲਗਾਤਾਰ ਇਸ ਨੂੰ ਇਹ ਬਣਾਇਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਉਹਨਾਂ ਨੇ ਇਹੀ ਗੱਲ ਕਹੀ ਕਿ ਪੂਰੇ ਹਿੰਦੂ ਸਮਾਜ ਨੂੰ ਰਾਹੁਲ ਗਾਂਧੀ ਨੇ ਇੱਕ
ਹਿੰਸਕ ਕਹਿਣ ਹਿੰਸਕ ਕਿਹਾ ਤੇ ਇਹ ਇਹ ਸਾਰੇ ਸਮਾਜ ਤੋਂ ਮਾਫ਼ੀ ਮੰਗੇ। ਤਾਂ ਇਹ ਇੱਕ ਜਿਹੜਾ ਪੋਲਿਟਿਕਸ ਹੈਗਾ ਇਹਦੇ ਤੇ ਚੱਲਿਆ ਸੀਗਾ। ਉਸ ਤੋਂ ਬਾਅਦ ਗੱਲ ਇਹ ਸੀ ਵੀ ਇਹ ਸਾਰੀ ਗੱਲਬਾਤ ਤੋਂ ਬਾਅਦ ਰਾਹੁਲ ਗਾਂਧੀ ਦੀ ਜਦੋਂ ਸਾਰੀ ਗੱਲਾਂ ਹੋ ਗਈਆਂ ਤਾਂ ਇਸ ਦੇ ਉੱਤੇ ਜਵਾਬ ਦੇਣਾ ਸੀ ਨਰਿੰਦਰ ਮੋਦੀ ਨੇ। ਉਹ ਰਵਾਇਤੀ ਹੈ ਆਪੋਜੀਸ਼ਨ ਦਾ ਲੀਡਰ ਪਹਿਲਾਂ ਬੋਲਦਾ, ਫਿਰ ਸਾਰੀ ਜਿਹੜੀ ਬਹਿਸ ਹੋਈ ਹੁੰਦੀ ਆ ਉਹਦਾ ਜਵਾਬ ਜਿਹੜਾ ਹੈਗਾ ਆ ਉਹ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤਾ ਜਾਂਦਾ। ਤਾਂ ਪ੍ਰਧਾਨ ਮੰਤਰੀ ਨੇ ਜਿਹੜਾ ਭਾਸ਼ਣ ਦਿੱਤਾ ਉਹਨਾਂ ਨੇ ਵੀ ਕਾਫੀ ਲੰਬਾ ਭਾਸ਼ਣ ਦਿੱਤਾ। ਤਾਂ ਪਹਿਲੀ ਗੱਲ ਤਾਂ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ, ਜਿਸ ਬਾਡੀ ਲੈਂਗੁਏਜ ਦੇ ਵਿੱਚ ਉਹ ਅਕਸਰ ਪਹਿਲਾਂ ਗੱਲ ਕਰਦੇ ਰਹੇ ਨੇ, ਤੇ ਆਪਾਂ ਨੂੰ ਪਤਾ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਬਹੁਤ ਸਮਾਂ ਪਾਰਲੀਮੈਂਟ ਦੇ ਵਿੱਚ ਨਹੀਂ ਆਏ। ਉਹ ਸਿਰਫ ਜਦੋਂ ਉਹਨਾਂ ਨੇ ਆਪਣੀ ਪਰਸਨਲ ਪਰਫਾਰਮੈਂਸ ਕਰਨੀ ਜਾਂ ਕੋਈ ਕ੍ਰੂਸ਼ੀਅਲ ਮੌਕੇ ਹੁੰਦੇ ਸੀ ਉਦੋਂ ਹੀ ਆਉਂਦੇ ਸੀ। ਤੇ ਇਸ ਵਾਰ ਜਿਹੜਾ ਉਹਨਾਂ ਦਾ ਇੱਕ ਜਿਹੜਾ ਬਾਡੀ ਲੈਂਗੁਏਜ ਸੀ ਉਹ ਕਾਫੀ ਜ਼ਿਆਦਾ ਫਰਕ ਸੀਗਾ ਉਹਦੇ ਵਿੱਚ। ਉਹਦੇ ਵਿੱਚ ਉਸ ਲੈਵਲ ਦੀ ਅਗਰੈਸ਼ਨ ਨਹੀਂ ਸੀ ਜੋ ਸਾਨੂੰ ਪਹਿਲਾਂ ਦੇਖਣ ਨੂੰ ਮਿਲਦੀ ਹੈ। ਤੇ ਇਹ ਵੀ ਸੀਗਾ ਕਿ ਜਿਹੜਾ ਕਾਫੀ ਜ਼ਿਆਦਾ ਜਿਵੇਂ ਇੱਕ ਡੱਲ ਮਾਹੌਲ ਹੁੰਦਾ ਉਹ ਇੱਕ ਵਿਜ਼ੀਬਲੀ ਦਿਖ ਰਿਹਾ ਸੀਗਾ। ਤੇ ਇਸ ਦੇ ਵਿੱਚ ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਆਪੋਜੀਸ਼ਨ ਨੇ ਪਹਿਲਾਂ ਹੀ ਧਾਰਿਆ ਹੋਇਆ ਸੀ ਕਿ ਇਹਨਾਂ ਦੀ ਇੱਕ ਜਿਹੜੀ ਸਾਰੀ ਜਿਹੜੀ ਸਪੀਚ ਆ ਉਸ ਨੂੰ ਅਸੀਂ ਕਿਤੇ ਨਾ ਕਿਤੇ ਆਪਾਂ ਡਿਸਟਰਪਟ ਕਰਨਾ ਜਾਂ ਇਹਨਾਂ ਨੂੰ ਕੁਐਸਚਨ ਕਰਨਾ। ਉਹ ਸਾਰੀ ਸਪੀਚ ਦੇ ਦੌਰਾਨ, ਉਹ ਘੰਟੇ ਤੋਂ ਉੱਪਰ ਦੀ ਸਪੀਚ ਆ, ਸਾਰੀ ਸਪੀਚ ਦੇ ਦੌਰਾਨ ਜਿਹੜੇ ਆਪੋਜੀਸ਼ਨ ਦੇ ਮੈਂਬਰ ਸਾਹਿਬਾਨ ਸੀ ਉਹਨਾਂ ਨੇ ਮਨੀਪੁਰ ਦਾ ਇਸ਼ੂ ਚੱਕਿਆ। ਉਹਨਾਂ ਨੇ ਕਿਹਾ ਕਿ ਮਨੀਪੁਰ ਦੇ ਵਿੱਚ ਦੇ ਲਈ ਜਸਟਿਸ ਦਿੱਤਾ ਜਾਵੇ। ਮਨੀਪੁਰ ਦਾ ਮਾਮਲਾ ਜਿਹੜਾ ਸੀਗਾ ਉਹ ਰਾਹੁਲ ਗਾਂਧੀ ਨੇ ਵੀ ਚੁੱਕਿਆ ਸੀ। ਤਾਂ ਉਹ ਸਾਰੀ ਸਪੀਚ ਜਿਹੜੀ ਸੀ ਨਰਿੰਦਰ ਮੋਦੀ ਦੀ ਉਹ ਜਸਟਿਸ ਫਾਰ ਮਨੀਪੁਰ ਦੇ ਜਿਹੜੇ ਸਲੋਗਨ ਲਾਏ ਗਏ ਵਿਰੋਧੀ ਧਿਰ ਦੇ ਵੱਲੋਂ ਉਸ ਦੇ ਨਾਲ ਉਹਦੇ ਪਰਛਾਵੇਂ ਹੇਠ ਰਹੀ। ਤਾਂ ਜਿਹੜੇ ਜਵਾਬ ਵੀ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ, ਰਾਹੁਲ ਗਾਂਧੀ ਨੇ ਜਿਹੜੇ ਵੀ ਐਲੀਗੇਸ਼ਨ ਲਾਏ ਸੀ ਉਸ ਦੇ ਵਿੱਚ ਇਹ ਹੈਗਾ ਸੀਗਾ ਕਿ ਕੁਛ ਵੀ ਉਹਨਾਂ ਕੋਲ ਨਵਾਂ ਨਹੀਂ ਸੀ ਕਹਿਣ ਵਾਸਤੇ। ਜੋ ਉਹਨਾਂ ਨੇ ਕਿਹਾ, ਉਹਨਾਂ ਨੇ ਮੈਜੋਰਿਟੀ ਗੱਲ ਇਹ ਕਹੀ ਕਿ ਕਾਂਗਰਸ ਨੇ ਐਮਰਜੈਂਸੀ ਲਾਈ, ਕਾਂਗਰਸ ਹੁਣ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਤਾਂ ਇਹਨਾਂ ਨੇ ਐਮਰਜੈਂਸੀ ਲਾਈ, ਇਹਨਾਂ ਨੇ 84 ਵਾਲਾ ਇਸ਼ੂ ਕੀਤਾ। ਤੇ ਇਹ ਸਾਰੇ ਜਿਹੜੇ ਐਂਗਲ ਸੀ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਤੇ ਪਰ ਇਹਦੇ ਵਿੱਚ ਕੁਛ ਨਵਾਂ ਨਹੀਂ ਸੀ। ਜਿੱਥੇ ਉਹ ਜਿਹੜੇ ਸਿਆਸੀ ਮਾਹਰ ਨੇ ਉਹ ਵੀ ਮੰਨਦੇ ਨੇ ਕਿ ਜੋ 10 ਸਾਲ ਤੋਂ ਗੱਲਾਂ ਉਹ ਪਹਿਲਾਂ ਆਲਰੇਡੀ ਕਹਿ ਰਹੇ ਨੇ, ਹੁਣ ਜਦੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਤਾਂ ਬਿਲਕੁਲ ਉਹੀ ਗੱਲ ਉਹਨਾਂ ਨੇ ਦੁਹਰਾਈ। ਤਾਂ ਉਸ ਦੇ ਵਿੱਚ ਇੱਕ ਨਵੀਨਤਾ ਦੀ ਘਾਟ ਸੀ ਕਿ ਕਿਹੜੇ ਨਵੇਂ ਐਂਗਲ ਤੋਂ ਉਹ ਜਿਹੜੇ ਵੀ ਐਲੀਗੇਸ਼ਨ ਰਾਹੁਲ ਗਾਂਧੀ ਨੇ ਲਾਏ ਸੀ ਉਸ ਨੂੰ ਉਹ ਰਿਬਟ ਕਰਦੇ ਜਾਂ ਉਹਦੇ ਸਾਹਮਣੇ ਕੋਈ ਫਰੈਸ਼ ਨਰੇਟਿਵ ਬਿਲਡ ਕਰਦੇ, ਉਹ ਘੱਟੋ ਘੱਟ ਕਰਨ ਦੇ ਵਿੱਚ ਕਾਮਯਾਬ ਨਹੀਂ ਰਹੇ। ਉਹਨਾਂ ਨੇ ਕੋਈ ਆਪਣਾ ਏਜੰਡਾ ਨਹੀਂ ਦੱਸਿਆ ਕਿ ਅਗਲੇ 5 ਸਾਲਾਂ ਦੇ ਵਿੱਚ ਬੀਜੇਪੀ ਗਵਰਨਮੈਂਟ ਜਿਹੜੇ ਵੀ ਇਸ਼ੂ ਦਰਪੇਸ਼ ਨੇ, ਚਾਹੇ ਉਹ ਨੀਟ ਦੇ ਐਗਜ਼ਾਮ ਦਾ ਇਸ਼ੂ ਹੈ, ਉਹ ਪੇਪਰ ਲੀਕ ਹੋਇਆ ਉਹ ਇੱਕ ਫੈਕਟ ਹੈ, ਉਸ ਦੇ ਉੱਤੇ ਉਹ ਬੋਲੇ ਨਹੀਂ ਗਏ। ਤੇ ਦੂਸਰਾ ਜਿਹੜਾ ਮਨੀਪੁਰ ਦਾ ਇਸ਼ੂ ਹੈ ਜਿਹੜਾ ਸਭ ਤੋਂ ਵੱਧ ਕਲਿੰਚਿੰਗ ਇਸ਼ੂ ਹੈ, ਉਹ ਕਲਿੰਚਿੰਗ ਇਸ਼ੂ ਤੇ ਉਹਦੇ ਉੱਤੇ ਉਹ ਹਾਲੇ ਤੱਕ ਗਏ ਨਹੀਂ ਉੱਥੇ। ਤੇ ਉਸ ਦੇ ਬਾਰੇ ਵੀ ਉਹਨਾਂ ਨੇ ਕੋਈ ਇਸ਼ੋਰੈਂਸ ਨਹੀਂ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨੀਪੁਰ ਦੇ ਵਿੱਚ ਮੈਂ ਜਾਊਂਗਾ ਜਾਂ ਮਨੀਪੁਰ ਦਾ ਮਸਲਾ ਅਸੀਂ ਕਿਵੇਂ ਹੱਲ ਕਰਾਂਗੇ ਜਾਂ ਉਹਦਾ ਕੋਈ ਸਟੈਟਸ ਕੀ ਹੈ, ਉਸ ਦੇ ਉੱਤੇ ਉਹਨਾਂ ਨੇ ਕੋਈ ਕਮੈਂਟ ਨਹੀਂ ਦਿੱਤਾ। ਤੇ ਇਸੇ ਤਰ੍ਹਾਂ ਜਿਹੜਾ ਕਿਸਾਨਾਂ ਦਾ ਮਸਲਾ ਸੀ, ਜਦੋਂ ਲੀਗਲ ਗਰੰਟੀ ਦਾ ਮਸਲਾ ਵੀ ਉਠਾਇਆ ਗਿਆ ਸੀਗਾ MSP ਦਾ, ਤਾਂ ਉਸ ਦੇ ਉੱਤੇ ਵੀ ਉਹ ਹਾਲਾਂਕਿ ਮਿਨਿਸਟਰੀ ਆਫ ਐਗਰੀਕਲਚਰ ਦੇ ਜਿਹੜੇ ਮਿਨਿਸਟਰ ਨੇ ਉਹਨਾਂ ਨੇ ਰਿਬਟ ਕੀਤਾ ਸੀ ਰਾਹੁਲ ਗਾਂਧੀ ਨੂੰ ਕਿ ਇਹ ਕਿਹਾ ਜਾ ਰਿਹਾ ਕਿ MSP ਨਹੀਂ ਮਿਲੀ ਜਾਂ ਅਸੀਂ MSP ਹੁਣ ਵੀ ਦੇ ਰਹੇ ਹਾਂ।
ਤਾਂ ਉਹ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ MSP ਮੈਂ MSP ਨਾ ਦੇਣ ਦੀ ਗੱਲ ਨਹੀਂ ਕਰ ਰਿਹਾ, ਮੈਂ ਲੀਗਲ ਗਰੰਟੀ ਦੀ ਗੱਲ ਕਰ ਰਿਹਾ ਜਿਹੜੇ ਕਿ ਕਿਸਾਨ ਮੰਗ ਰਹੇ ਨੇ। ਤੋ ਉਹਦੇ ਉੱਤੇ ਵੀ ਨਰਿੰਦਰ ਮੋਦੀ ਨੇ ਸਪੈਸੀਫਿਕਲੀ ਕੁਛ ਨਹੀਂ ਕਿਹਾ। ਤਾਂ ਇਹ ਜਿਹੜਾ ਸਾਰਾ ਭਾਸ਼ਣ ਸੀ ਨਰਿੰਦਰ ਮੋਦੀ ਦਾ, ਉਹ ਐਲੀਗੇਸ਼ਨ ਤੇ ਹੀ ਰਹਿ ਗਿਆ, ਕਾਊਂਟਰ ਐਲੀਗੇਸ਼ਨ ਤੇ, ਜਿਹੜਾ ਕਿ ਉਹਨਾਂ ਨੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਤੇ ਲਾਏ, ਕਿਉਂਕਿ ਰਾਹੁਲ ਗਾਂਧੀ ਨੂੰ ਉਹ ਪਹਿਲਾਂ ਵੀ ਇੱਕ ਐਕੋਸਿਸਟਮ ਹੈ, ਆਪਾਂ ਸਮਝ ਜਾਣਦੇ ਹਾਂ, ਜਦੋਂ ਤੋਂ ਰਾਹੁਲ ਗਾਂਧੀ 2014 ਤੋਂ ਪਹਿਲਾਂ ਤੋਂ ਹੀ, ਜਦੋਂ BJP ਨੇ ਪਹਿਲੀ ਦਫ਼ੇ ਆਉਣਾ ਸੀ, ਤਾਂ ਰਾਹੁਲ ਗਾਂਧੀ ਦੀ ਇਸ ਪੱਪੂ ਵਾਲੀ ਇਮੇਜ ਨੂੰ ਬਿਲਡ ਕੀਤਾ ਗਿਆ ਕਿ ਕਿਹਾ ਗਿਆ ਕਿ ਇਹਨਾਂ ਕੋਲ ਉਸ ਕਿਸਮ ਦੀ ਸਿਆਸੀ ਮੁਹਾਰਤ ਨਹੀਂ ਹੈ ਜਾਂ ਉਸ ਲੈਵਲ ਦੀ ਸ਼ਾਰਪਨੈਸ ਨਹੀਂ ਹੈ। ਤਾਂ ਕੱਲ ਵੀ ਉਹਨਾਂ ਦਾ ਰਿਮਾਰਕਸ ਇਹੀ ਸੀਗਾ, ਬਾਲਕ ਬੁੱਧੀ ਦਾ ਜਿਹੜਾ ਰਿਮਾਰਕ ਸੀ ਉਹ ਉਹਨਾਂ ਨੇ ਰਾਹੁਲ ਗਾਂਧੀ ਦੇ ਲਈ ਵਰਤਿਆ, ਤੇ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਨੂੰ ਨਾ ਤਾਂ ਡਿਬੇਟ ਦੀ ਸਮਝ ਹੈ ਨਾ ਉਹਨਾਂ ਨੂੰ ਪੋਲੀਟਿਕਸ ਦੀ ਸਮਝ ਹੈ, ਤੇ ਉਹ ਇੱਕ ਆਪਣਾ ਰੋਮੈਂਟਿਸਿਜ਼ਮ ਕਰਦੇ ਨੇ, ਕੋਈ ਇਸ਼ੂ ਉਹ ਉਸ ਢੰਗ ਦੇ ਨਾਲ ਉਹਨਾਂ 'ਚ ਸੀਰੀਅਸਨੈਸ ਨਹੀਂ ਹੁੰਦੀ। ਤਾਂ ਕੋਈ ਵੀ ਵਿਰੋਧੀ ਏਦਾਂ ਆਪਣੇ ਜਿਹੜਾ ਵਿਰੋਧੀ ਉਹਨੂੰ ਡਿਸਮਿਸ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਉਹ ਕੋਸ਼ਿਸ਼ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਗਈ। ਪਰ ਇਹ ਓਵਰਆਲ ਇਸ ਫਿਰ ਮੈਂ ਆਪਾਂ ਫਰਦਰ ਵੀ ਗੱਲ ਕਰ ਲਾਂਗੇ ਜਿਹੜੇ ਦੂਜੇ ਜਿਹੜੇ ਮੈਂਬਰ ਸਾਹਿਬਾਨ ਨੇ ਜਾਂ ਹੋਰਾਂ ਨੇ ਕੀ ਇੱਥੇ ਬੋਲਿਆ ਹੈਗਾ, ਪਰ ਜੇ ਆਪਾਂ ਦੋਨਾਂ ਦਾ ਦੇਖੀਏ, ਲੀਡਰ ਆਫ ਆਪੋਜੀਸ਼ਨ ਤੇ ਪ੍ਰਧਾਨ ਮੰਤਰੀ ਦਾ, ਤਾਂ ਉਹਦੇ ਵਿੱਚ ਰਾਹੁਲ ਗਾਂਧੀ ਜ਼ਰੂਰ ਮਤਲਬ ਕਿ ਜਿਹੜਾ ਹੈਗਾ ਆ ਉਹ ਇੱਕ ਐਜ ਲੈ ਗਏ ਇਸ ਘੱਟੋ ਘੱਟ ਪਹਿਲੇ ਸੈਸ਼ਨ ਦੇ ਵਿੱਚ। ਉਹਦਾ ਵਜ੍ਹਾ ਇਹੀ ਹੈ ਕਿ ਜੋ ਇਸ ਵਾਰ ਬਰੂਟ ਮੈਜੋਰਿਟੀ BJP ਕੋਲ ਨਹੀਂ ਆਈ, ਉਹਨਾਂ ਕੋਲ 240 ਸੀਟਾਂ ਨੇ, 272 ਸੀਟਾਂ ਚਾਹੀਦੀਆਂ ਹੁੰਦੀਆਂ, ਤਾਂ ਉਹਦੇ ਕਰਕੇ ਇੱਕ ਮਿਨੋਰਿਟੀ ਗਵਰਨਮੈਂਟ ਹੈਗੀ ਆ। ਦੂਜਾ ਇਹ ਹੈ ਕਿ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਇਹ ਹੋਈ ਹੈ ਕਿ ਜਦੋਂ ਵੀ ਪਿਛਲੇ 10 ਸਾਲਾਂ ਦੇ ਵਿੱਚ BJP ਨੇ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਕਹੀ ਹੈ ਤਾਂ BJP ਏਜੰਡਾ ਸੈੱਟ ਕਰਦੀ ਰਹੀ ਹੈ, ਤੇ ਓਪੋਜੀਸ਼ਨ ਨੇ ਉੱਤੇ ਰਿਸਪੋਂਡ ਕੀਤਾ। ਇਸ ਵਾਰ ਜਿਹੜਾ ਏਜੰਡਾ ਉਹ ਓਪੋਜੀਸ਼ਨ ਨੇ ਸੈੱਟ ਕੀਤਾ, ਸਣੇ ਪ੍ਰਧਾਨ ਮੰਤਰੀ ਤੇ ਸਣੇ BJP, ਉਹਨਾਂ ਨੂੰ ਰਿਸਪੋਂਡ ਕਰਨਾ ਪਿਆ। ਦਿਸ ਇਜ਼ ਮਤਲਬ ਕਿ ਇਹ ਇੱਕ ਬੜੀ ਵੱਡੀ ਚੇਂਜ ਹੈ ਇਸ ਸਾਰੇ ਦੇ ਵਿੱਚ। ਹਾਂ, ਹੁਣ ਅੱਗੋਂ ਕਿਵੇਂ ਚੱਲਦੀ ਹੈ, ਇੱਥੇ ਮੈਂ ਇੱਕ ਕਮੈਂਟ ਦੇਣਾ ਚਾਹੂੰਗਾ ਜਿਹੜਾ ਇੰਪੋਰਟੈਂਟ ਹੈ, ਜਿਹੜਾ ਰਹਿ ਗਿਆ ਸਪੀਕਰ ਓਮ ਬਿਰਲਾ ਦਾ। ਜਿਹੜੇ ਓਮ ਬਿਰਲਾ ਸਪੀਕਰ ਨੇ, ਪਿਛਲੇ 5 ਸਾਲ ਵੀ ਸਪੀਕਰ ਰਹੇ ਨੇ, ਤਾਂ ਇਹਨਾਂ ਦਾ ਬੜਾ ਕੰਟਰੋਵਰਸ਼ੀਅਲ ਰੋਲ ਰਿਹਾ। ਤਾਂ ਆਪਾਂ ਨੂੰ ਯਾਦ ਹੋਊਗਾ ਜਦੋਂ ਲਾਸਟ ਸੈਸ਼ਨ ਚੱਲ ਰਿਹਾ ਸੀਗਾ ਪਿਛਲੀ ਲੋਕ ਸਭਾ ਦਾ, ਤਾਂ ਉਦੋਂ 100 ਤੋਂ ਵੱਧ ਜਿਹੜੇ MP ਨੇ ਉਹਨਾਂ ਨੂੰ ਐਕਸਪੈਲ ਕੀਤਾ ਗਿਆ ਸੀ। ਉਸ ਐਕਸਪਲਸ਼ਨ ਦੀ ਕਾਫੀ ਨਿੰਦਾ ਵੀ ਹੋਈ ਸੀ, ਤਾਂ ਉਹ ਐਕਸਪਲਸ਼ਨ ਜਿਹੜੀ ਸੀ ਉਹ ਓਮ ਬਿਰਲਾ ਦੇ ਵੱਲੋਂ ਕੀਤੀ ਗਈ ਸੀ। ਉਹਦੇ ਵਿੱਚ ਉਹ ਐਕਸਪਲਸ਼ਨ ਕਰਨ ਦੇ ਸਮੇਂ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਹੋਇਆ ਸੀ, ਤਾਂ ਉਦੋਂ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜੇ ਬਿੱਲ ਸੀਗੇ ਜਿਹਦੇ ਵਿੱਚੋਂ ਇੱਕ ਕ੍ਰਿਮੀਨਲ ਲਾਅ ਜਿਹੜੇ ਹੁਣ 3 ਆਏ ਨੇ ਨਵੇਂ, ਉਹ ਪਾਸ ਕੀਤੇ ਗਏ ਸੀ। ਤਾਂ ਉਸ ਨੂੰ ਲੈ ਕੇ ਹੁਣ ਇਸ ਵਾਰ ਜਦੋਂ ਇਹਨਾਂ ਦੀ ਜਿਹੜੀ ਇੱਥੇ ਚੋਣ ਹੋਈ ਹੈ ਓਮ ਬਿਰਲਾ ਦੀ, ਤਾਂ ਉਸ ਦੇ ਸਮੇਂ ਜਦੋਂ ਉਹਨਾਂ ਦੀ ਚੋਣ ਹੋ ਰਹੀ ਸੀ, ਉਸੇ ਟਾਈਮ ਤੇ ਉਹਨਾਂ ਦੀ ਲੜਕੀ ਦਾ ਇੱਕ ਸਕੈਂਡਲ ਸਾਹਮਣੇ ਆਇਆ, ਜਿਸ ਦੇ ਵਿੱਚ ਇਹ ਪਤਾ ਲੱਗਿਆ ਕਿ ਓਮ ਬਿਰਲਾ ਦੀ ਜਿਹੜੀ ਲੜਕੀ ਹੈ ਉਹਨੇ UPSC ਦਾ ਜਿਹੜਾ ਐਗਜ਼ਾਮ ਹੈ ਉਸਦੇ ਵਿੱਚ ਉਸ ਨੂੰ ਰਿਆਇਤ ਦੇ ਕੇ ਉਹਨੂੰ ਮਤਲਬ ਕਿ UPSC ਜਿਹੜੀ ਹੈ ਉਹਦੀ ਕਲੀਅਰ ਕੀਤੀ ਗਈ ਹੈ। ਹਾਲਾਂਕਿ ਅਲੈਜ ਹੈ, ਇਹ ਹਾਲੇ ਕਿ ਜਾਂਚ ਚੱਲ ਰਹੀ ਹੈ ਇਸ ਮਸਲੇ ਦੀ, ਪਰ ਇੱਕ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ ਜ਼ਰੂਰ ਬਣ ਗਿਆ ਜਿਸ ਢੰਗ ਦੇ ਨਾਲ ਇਹ ਮੁੱਦਾ ਸਾਹਮਣੇ ਆਇਆ। ਉਧਰੋਂ ਸੈਸ਼ਨ ਚੱਲ ਰਿਹਾ ਸੀ, ਤਾਂ ਜਿੱਦਾਂ ਕਿ ਓਮ ਬਿਰਲਾ ਪਹਿਲਾਂ ਕਰਦੇ ਰਹੇ ਨੇ, ਜਿੱਦਾਂ ਉਹ ਸਪੀਕਰ ਬੰਦ ਕਰ ਦਿੰਦੇ ਨੇ, ਇਸ ਵਾਰ ਵੀ ਗੱਲ ਹੋਈ, ਖੈਰ ਐਕਸਪੈਲ ਵੀ ਕੀਤਾ ਗਿਆ ਰਾਹੁਲ ਗਾਂਧੀ ਨੂੰ ਉਹਨਾਂ ਦੇ ਵੱਲੋਂ ਪਿਛਲੀ ਲੋਕ ਸਭਾ ਦੇ ਵਿੱਚ। ਤਾਂ ਇਸ ਵਾਰ ਓਮ ਬਿਰਲਾ ਕਿਤੇ ਨਾ ਕਿਤੇ ਜੋ ਉਹਨਾਂ ਦੀ ਇੱਕ ਇਮੇਜ ਬਣ ਰਹੀ ਸੀ ਕਿ ਇਹ
ਇਹ ਇਹ ਫੇਵਰ ਕਰਦੇ ਨੇ ਨਰਿੰਦਰ ਜਿਹੜੀ ਜਿਹੜੀ ਸੱਤਾ ਪਕਸ਼ ਹੈ, ਇਸ ਕਰਕੇ ਦੂਜਾ ਉਹਨਾਂ ਦੀ ਲੜਕੀ ਦਾ ਜਿਹੜਾ ਇਸ਼ੂ ਚੱਲ ਰਿਹਾ ਸੀ, ਤਾਂ ਕਿਤੇ ਨਾ ਕਿਤੇ ਉਹ ਬੇਬਸ ਸੀਗੇ। ਹਾਲਾਂਕਿ ਨਾ ਖੁਸ਼ ਸੀ ਰਾਹੁਲ ਗਾਂਧੀ ਜਿੱਦਾਂ ਗੱਲਾਂ ਕਰ ਰਹੇ ਸੀ, ਜਿੱਦਾਂ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਟਾਰਗੇਟ ਕੀਤਾ, ਬਟ ਕਿਤੇ ਨਾ ਕਿਤੇ ਉਹਨਾਂ ਨੇ ਉਸ ਲੈਵਲ ਤੇ ਜਾ ਕੇ ਇਸ ਵਾਰ ਸਨੱਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੋ ਉਹ ਪਹਿਲਾਂ ਕਰਦੇ ਰਹੇ। ਜੀ ਮਾਨ ਸਾਹਿਬ ਬਹੁਤ ਜੀ ਸ਼ਾਨਦਾਰ ਅਨਾਲਿਸਿਸ ਦਿੱਤਾ ਹੈਗਾ ਇਸ ਸਾਰੀ ਪਿਛੋਕੜ ਬਾਰੇ, ਓਮ ਬਿਰਲਾ ਬਾਰੇ ਵੀ, ਔਰ ਪ੍ਰਧਾਨ ਮੰਤਰੀ ਦੀਆਂ ਪੁਰਾਣੀ 10 ਸਾਲ ਦੀ ਜਿਹੜੀ ਪਰਫਾਰਮੈਂਸ ਸੀ ਉਹਦੇ ਮੁਕਾਬਲੇ ਤੇ ਜਿਹੜੀ ਇਸ ਵਾਰ ਦੀ ਉਹਨਾਂ ਦੀ ਗੱਲਬਾਤ ਪਾਰਲੀਮੈਂਟ ਦੇ ਵਿੱਚ ਹੋਈ ਹੈ, ਬਹੁਤ ਸ਼ਾਨਦਾਰ। ਤੁਸੀਂ ਬਹੁਤ ਬਹੁਤ ਵਧੀਆ ਤਰੀਕੇ ਨਾਲ ਉਸ ਗੱਲ ਨੂੰ ਪੇਸ਼ ਕੀਤਾ। ਮੈਨੂੰ ਆਪ ਲੱਗਦਾ ਵੀ ਪ੍ਰਧਾਨ ਮੰਤਰੀ ਦਾ ਜਿਹੜਾ ਏਜੰਡਾ ਸੀ ਖਾਸ ਕਰਕੇ ਉਹ ਧਰਮ ਦੇ ਦੁਆਲੇ, ਕਿਉਂਕਿ ਉਹਦੇ ਨਾਲ ਰਾਜਨੀਤੀ ਜੁੜੀ ਹੋਈ ਹੈ, ਉਹ ਡੋਮੀਨੈਂਟ ਕਰਦਾ ਰਿਹਾ। ਲੇਕਿਨ ਰਾਹੁਲ ਹੋਣਾ ਦਾ ਇਸ ਗੱਲ ਨੂੰ ਮਤਲਬ ਪਕੜਨਾ, ਔਰ ਫਿਰ ਆਪਣੇ ਤੌਰ ਦੇ ਉੱਪਰ ਵੱਖ ਵੱਖ ਧਰਮਾਂ ਦੀ ਜਿਹੜੀ ਹੈਗੀ ਹੈ ਉਹਨਾਂ ਦੀ ਗੱਲ ਕਰਨੀ, ਨਾ ਕਿ ਸਿਰਫ ਹਿੰਦੂ ਧਰਮ ਦੀ ਗੱਲ ਕੀਤੀ। ਇਹ ਸਾਰੀ ਗੱਲ ਤੋਂ ਮੈਨੂੰ ਲੱਗਦੀ ਹੈ ਵੀ ਹੌਲੀ ਹੌਲੀ ਉਹਨਾਂ ਦਾ ਜਿਹੜਾ ਸਟੇਚਰ ਹੈਗਾ ਹੈ ਬਤੌਰ LOP ਤਾਂ ਹੈ ਹੀ ਹੈ, ਪਰ ਉਹ ਜਿਹੜਾ ਉਹਨਾਂ ਨੇ ਪਹਿਲਾਂ ਉਹਨਾਂ ਨੇ ਆਪਣੇ ਮੀਡੀਆ ਰਾਹੀਂ ਉਹਨਾਂ ਨੂੰ ਜਿਵੇਂ ਹੁਣ ਵੀ ਉਹ ਬਾਲ ਬੁੱਧੀ ਜਿਵੇਂ ਤੁਸੀਂ ਕਿਹਾ ਵੀ ਕਹਿ ਰਹੇ ਨੇ, ਤੇ ਪੁਰਾਣਾ ਉਹ ਪੱਪੂ ਵਾਲਾ ਜਿਹੜਾ ਸੀਗਾ ਉਹ ਇਮੇਜ ਜਿਹੜਾ ਹੈਗਾ ਮੇਰਾ ਖਿਆਲ ਹੈ ਉਹ ਟੁੱਟ ਗਿਆ ਲੱਗਦਾ, ਔਰ ਟੁੱਟਣਾ ਚਾਹੀਦਾ ਵੀ ਸੀ ਕਿਉਂਕਿ ਉਹ ਦਰੁਸਤ ਵੀ ਨਹੀਂ ਸੀ। ਕਿਉਂਕਿ ਅਪੋਜੀਸ਼ਨ ਦਾ ਇੱਕ ਆਪਣਾ ਰੋਲ ਹੁੰਦਾ, ਪਰ ਇਸ ਵਾਰੀ ਉਹਨਾਂ ਦਾ ਜਿਹੜਾ LOP ਦਾ ਜਿਹੜਾ ਸਟੇਟਸ ਹੈ ਆਪਣੇ ਆਪ ਵਿੱਚ ਜਿਹੜਾ ਕੰਸਟੀਟਿਊਸ਼ਨ ਦੇ ਵਿੱਚ ਬਹੁਤ ਕਲੀਅਰਲੀ ਕਿ ਇੰਨਾ ਸਮਾਂ ਵੀ ਉਹਨਾਂ ਨੂੰ ਮਿਲੇਗਾ, ਉਹਨਾਂ ਨੂੰ ਤੁਸੀਂ ਉਹਨਾਂ ਦੇ ਜਿਹੜੇ ਕੰਸਰਨ ਹੈਗੇ ਨੇ ਉਹਨਾਂ ਦਾ ਤੁਹਾਨੂੰ ਧਿਆਨ ਦੇਣਾ ਪਊਗਾ ਵਗੈਰਾ ਵਗੈਰਾ। ਇਹ ਸਾਰਾ ਕੁਛ ਜਿਹੜਾ ਹੈਗਾ ਇਹ ਮੈਨੂੰ ਲੱਗਦੀ ਹੈ ਇੱਕ ਚੰਗੀ ਪਿਰਤ ਜਿਹੜੀ ਪੁਰਾਣੇ 10 ਸਾਲਾਂ ਦੇ ਵਿੱਚ ਸਗੋਂ ਅਸੀਂ ਉਲਟੇ ਰਾਹ ਦੇ ਉੱਪਰ ਪੈ ਗਏ ਸੀ। ਹੁਣ ਇਹ ਲੱਗਦਾ ਵੀ ਡੈਮੋਕਰੈਟਿਕ ਜਿਹੜੀ ਉਹਦੀ ਸਪਿਰਿਟ ਹੈਗੀ ਹੈ ਉਹ ਦੁਬਾਰਾ ਜਿਹੜੀ ਹੈਗੀ ਪਾਰਲੀਮੈਂਟ ਵਿੱਚ ਜੇ ਉਹ ਵਾਪਸ ਆਉਂਦੀ ਹੈ ਜਿਵੇਂ ਰਾਹੁਲ ਗਾਂਧੀ ਨੇ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੇਰਾ ਖਿਆਲ ਹੈ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ ਕਿ ਇਹਦੇ ਨਾਲ ਜਿਹੜਾ ਇੱਕ ਬੈਲੈਂਸ ਵਿਊ ਜਿਹੜਾ ਹੈਗਾ ਕੰਟਰੀ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਮਿਲਿਆ, ਔਰ ਉਹ ਮਿਲਣਾ ਚਾਹੀਦਾ ਵੀ ਸੀ। ਹੋਰ ਕੀ ਕਹਿਣਾ ਚਾਹੋਗੇ ਜੀ? ਜੀ ਬਿਲਕੁਲ, ਇਹਦੇ ਵਿੱਚ ਬੈਲੈਂਸ ਵਿਊ ਮਿਲਿਆ, ਔਰ ਦੂਸਰਾ ਇਹ ਹੈ ਕਿ ਵੀ ਇਹਦੇ ਵਿੱਚ ਜਿਹੜੇ LOP ਹੈ ਭਾਰਤ ਦੇ ਵਿੱਚ ਜਿਹੜੀ ਵਿਵਸਥਾ LOP ਦੀ ਹੈ, LOP ਨੂੰ ਇੱਕ ਤਾਂ ਜਿਹੜੇ ਕੈਬਨਿਟ ਯੂਨੀਅਨ ਕੈਬਨਿਟ ਮਿਨਿਸਟਰ ਹੁੰਦੇ ਨੇ ਉਹਨਾਂ ਦੇ ਬਰਾਬਰ ਦਾ ਰੁਤਬਾ ਹੁੰਦਾ, ਉਹਨਾਂ ਦਾ ਬਰਾਬਰ ਸਾਹ ਉਹਨਾਂ ਨੂੰ ਹੁੰਦਾ, ਤੇ ਜਿਹੜੀਆਂ ਇੰਪੋਰਟੈਂਟ ਕਮੇਟੀਜ਼ ਹੁੰਦੀਆਂ ਨੇ ਜਿਹੜੀਆਂ ਪਾਰਲੀਮੈਂਟ ਦੀਆਂ ਬਣਦੀਆਂ ਨੇ ਜਿਹਦੇ ਨਾਲ ਉਹਦਾ ਸਾਰਾ ਕਾਰ ਵਿਹਾਰ ਚੱਲਦਾ, ਤੇ ਦੂਸਰਾ ਜਿਹੜੀਆਂ ਵੱਡੀਆਂ ਅਪੁਆਇੰਟਮੈਂਟਸ ਹੁੰਦੀਆਂ ਨੇ ਸੈਂਟਰਲ ਏਜੰਸੀਜ਼ ਦੀਆਂ, ਚਾਹੇ CBI ਦਾ ਕੋਈ ਡਾਇਰੈਕਟਰ ਲੱਗੂਗਾ ਜਾਂ ED ਦਾ ਕੁਛ ਲੱਗੂਗਾ ਜਾਂ ਰੋ ਦਾ ਲੱਗੂਗਾ, ਉਹਦੀਆਂ ਜਿਹੜੀਆਂ ਵੱਡੀਆਂ ਅਪੁਆਇੰਟਮੈਂਟ ਸਾਰੀਆਂ ਨੇ ਉਹਦੇ ਵਿੱਚ ਜਿਹੜਾ LOP ਹੁੰਦਾ ਉਹਦੀ ਰਾਏ ਲੈਣੀ ਜ਼ਰੂਰੀ ਹੁੰਦੀ ਹੈ, ਉਹ ਮੈਂਬਰ ਹੁੰਦਾ।
ਤਾਂ ਇਸ ਕਰਕੇ ਜਿਹੜੀ ਓਵਰਆਲ ਫੰਕਸ਼ਨਿੰਗ ਹੈ ਸਟੇਟ ਦੀ, ਗਵਰਨਮੈਂਟ ਦੀ, ਹਾਲਾਂਕਿ ਚੱਲਦੀ ਤਾਂ ਉਹਦੇ ਚ ਸਰਕਾਰ ਦੀ ਹੋਈ ਹੈ, ਬਟ ਉਹ ਆਪਣੀ ਡਾਇਸੈਂਟ ਵਾਇਸ ਰੱਖ ਸਕਦੇ ਨੇ ਜਾਂ ਉਹਨਾਂ ਦਾ ਉਹ ਪੱਖ ਉਹਨਾਂ ਦਾ ਲੈਣਾ ਜ਼ਰੂਰੀ ਹੁੰਦਾ। ਤਾਂ ਇਸ ਕਰਕੇ ਉਹਦੇ ਨਾਲ ਵੀ ਜੇ ਰਾਹੁਲ ਗਾਂਧੀ ਹੁਣ ਅੱਗੇ ਜਿਹੜੀ ਵੀ ਫੰਕਸ਼ਨਿੰਗ ਮੋਦੀ ਗਵਰਨਮੈਂਟ ਦੀ ਚੱਲਣੀ ਹੈ, ਉਸ ਦੇ ਵਿੱਚ ਉਹਨਾਂ ਜਦੋਂ ਰਾਏ ਲਈ ਜਾਣੀ ਹੈ ਤਾਂ ਉਹ ਇਸ ਕਿਸਮ ਦੇ ਇਨਸਾਨ ਨੇ ਕਿ ਉਹ ਐਕਸਪ੍ਰੈਸ ਕਰਦੇ ਨੇ, ਤਾਂ ਉਹ ਕੱਲ ਨੂੰ ਜੇ ਕੋਈ ਗਲਤ ਚੀਜ਼ਾਂ ਵੱਡੇ ਲੈਵਲ ਤੇ ਹੁੰਦੀਆਂ ਜਾਂ ਕੋਈ ਏਦਾਂ ਦੀਆਂ ਅਪਾਇੰਟਮੈਂਟਸ ਹੁੰਦੀਆਂ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਕਿ ਰਾਹੁਲ ਗਾਂਧੀ ਆਪਣੀ ਵੱਖਰੀ ਰਾਏ ਦੇ ਨਾਲ ਆ ਸਕਦੇ ਨੇ। ਇੱਕ ਤਾਂ ਉਹ ਡੈਮੋਕਰੈਟਿਕ ਫੰਕਸ਼ਨਿੰਗ ਦੇ ਲਈ ਵੀ ਬਹੁਤ ਇੰਪੋਰਟੈਂਟ ਹੈ, ਦੂਸਰਾ ਇਹ ਜ਼ਰੂਰ ਇੱਕ ਚੀਜ਼ ਦੇਖਣ ਵਾਲੀ ਆ ਕਿ ਉਸ ਤੋਂ ਬਾਅਦ ਜਿੱਦਾਂ ਮੋਹਿਆ ਮਿੱਤਰਾ ਜਾਂ ਜਿਹੜੇ ਕਿ ਇੱਕ ਚੇਤਨਿਆ ਬੈਨਰਜੀ ਟੀ ਐਮ ਸੀ ਦੇ ਹੀ ਨੇ, ਉਹ ਵੀ ਉਹਨਾਂ ਨੇ ਵੀ ਬੋਲਿਆ, ਤੇ ਇੱਦਾਂ ਦੇ ਹੋਰ ਜਿਹੜੇ ਆਪਣੇ ਜਿਹੜੇ ਈਵਨ ਪੰਜਾਬ ਤੋਂ ਹਾਲਾਂਕਿ ਉਹ ਆਪਾਂ ਇੱਥੇ ਪੰਜਾਬ ਚ ਉਹਨਾਂ ਦੇ ਬਾਰੇ ਮਿਲੀ ਜੁਲੀ ਰਾਏ ਹੈ ਕਿ ਆਪਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਦਾ ਮਸਲਾ ਚੱਕਿਆ ਪਾਰਲੀਮੈਂਟ ਦੇ ਵਿੱਚ, ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਬਾਰ ਸੈੱਟ ਕਰ ਦਿੰਦੇ ਹੋ, ਜਦੋਂ ਇੱਕ ਤੁਹਾਡਾ ਆਪੋਜੀਸ਼ਨ ਦਾ ਲੀਡਰ ਜਿਹੜਾ ਕਿ ਏਦਾਂ ਸਿੱਧਾ ਹਿੱਟ ਕਰਦਾ ਜਾ ਕੇ, ਜਿਹੜਾ ਕਿ ਪ੍ਰਧਾਨ ਮੰਤਰੀ ਜਿਹੜੇ ਕਿ ਇੱਕ ਬ੍ਰਾਂਡ ਨੇ, ਉਹਨਾਂ ਨੂੰ ਜਦੋਂ ਉਹਨਾਂ ਨੇ ਸਿੱਧਾ ਹਿੱਟ ਕੀਤਾ, ਮੈਂ ਬਾਇਓਲੋਜੀਕਲ ਚਾਇਲਡ ਨਹੀਂ, ਮੇਰਾ ਸਿੱਧੀ ਗੱਲ ਹੁੰਦੀ ਹੈ ਪਰਮਾਤਮਾ ਨਾਲ, ਜੋ ਗੱਲਾਂ ਨਰਿੰਦਰ ਮੋਦੀ ਕਰਦੇ ਰਹੇ ਨੇ, ਜਿੱਦਾਂ ਉਹਨੂੰ ਰਿਡੀਕੁਲ ਵੀ ਕੀਤਾ ਉਹਨਾਂ ਨੇ ਇੱਕ ਢੰਗ ਦੇ ਨਾਲ ਰਾਹੁਲ ਗਾਂਧੀ ਨੇ, ਉਹਦੇ ਨਾਲ ਜਿਹੜੀ ਉਹ ਸਾਰੀ ਆਪੋਜੀਸ਼ਨ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਦੇ ਵੀ ਕੌਨਫੀਡੈਂਸ ਵੀ ਆਉਂਦਾ, ਤੇ ਉਹ ਆਇਆ ਵੀ ਜਦੋਂ ਸਬਸੀਕੁਐਂਟਲੀ ਬਾਅਦ ਚੋਂ ਬੋਲੇ ਉਹਨਾਂ ਨੇ ਪ੍ਰੈਜੀਡੈਂਸ਼ੀਅਲ ਐਡਰੈਸ ਤੇ ਆਪਣੀਆਂ ਵੱਖ ਵੱਖ ਪਾਰਟੀਆਂ ਦੇ ਜਾਂ ਕਾਂਗਰਸ ਦੇ ਜਿਹੜੇ ਵੀ ਲੋਕ ਬੋਲੇ, ਹਾਲਾਂਕਿ ਉਹਨਾਂ ਦੇ ਵਿੱਚ ਕੌਨਫੀਡੈਂਸ ਸਾਨੂੰ ਦੇਖਣ ਨੂੰ ਮਿਲਿਆ ਕਿ ਜਿਹੜਾ ਰਾਹੁਲ ਗਾਂਧੀ ਨੇ ਇੱਕ ਬਾਰ ਸੈੱਟ ਕੀਤਾ ਸੀ, ਉਸ ਬਾਰ ਦੇ ਸੈੱਟ ਹੋਣ ਤੋਂ ਬਾਅਦ ਇੱਕ ਜਿਹੜੀ ਸਾਰੀ ਆਪੋਜੀਸ਼ਨ ਹੈ ਉਹ ਸਭ ਤੋਂ ਵੱਧ ਅਗਰੈਸ਼ਨ ਚ ਰਹੀ। ਤੁਸੀਂ ਦੇਖੋ ਕਿ ਇੱਕ ਘੰਟੇ ਤੋਂ ਵੱਧ ਸਮਾਂ ਨਰਿੰਦਰ ਮੋਦੀ ਬੋਲਦੇ ਰਹੇ, ਤਾਂ ਉਦੋਂ ਮਤਲਬ ਕਿ ਲਗਾਤਾਰ ਜਿਹੜੀ ਆਪੋਜੀਸ਼ਨ ਆ ਉਹ ਸਲੋਗਨਿੰਗ ਕਰਦੀ ਰਹੀ ਕਿ ਹਾਂਜੀ ਮਨੀਪੁਰ ਦਾ ਜਸਟਿਸ, ਮਨੀਪੁਰ ਦਾ ਜਸਟਿਸ, ਤਾਂ ਉਹਨਾਂ ਨੂੰ ਡਿਸਟਰਬ ਕਰਦੇ ਰਹੇ ਹੋ। ਹਾਲਾਂਕਿ ਇਹ ਪਹਿਲਾਂ ਅਸੀਂ ਕਦੇ ਨਹੀਂ ਸੀ ਦੇਖਿਆ ਕਿ ਇਸ ਲੈਵਲ ਦੀ ਜਿਹੜੀ ਅਗਰੈਸ਼ਨ ਹੈ ਉਹ ਇਹਨਾਂ ਦੇ ਮਾਹੌਲ ਦੇ ਵਿੱਚ ਆਵੇ। ਹਾਲਾਂਕਿ ਇਹਨੂੰ ਕ੍ਰਿਟੀਸਾਈਜ਼ ਵੀ ਕੀਤਾ ਜਾ ਰਿਹਾ ਕਿ ਵੀ ਰਾਹੁਲ ਗਾਂਧੀ ਜਿਸ ਟਾਈਮ ਤੇ ਬੋਲ ਰਹੇ ਸੀ ਤਾਂ ਬੀਜੇਪੀ ਨੇ ਉਹਨਾਂ ਡਿਸਟਰਬ ਨਹੀਂ ਕੀਤਾ ਜਿੰਨਾ ਕਿ ਆਪੋਜੀਸ਼ਨ ਨਰਿੰਦਰ ਮੋਦੀ ਨੂੰ ਕੀਤਾ, ਤਾਂ ਉਹ ਇੱਕ ਰਾਏ ਹੈਗੀ ਆ। ਬਟ ਮੇਰਾ ਪੁਆਇੰਟ ਇਹ ਹੈਗਾ ਕਿ ਅਗਰੈਸ਼ਨ ਜ਼ਰੂਰ ਆਇਆ ਹੈਗਾ ਵਿਰੋਧੀ ਧਿਰ ਦੇ ਬਿਹੇਵੀਅਰ ਦੇ ਵਿੱਚ। ਤੇ ਇਹਦੇ ਵਿੱਚ ਜਿਹੜੀ ਚੀਜ਼ ਹੋਰ ਆਪਾਂ ਨੂੰ ਦੇਖਣ ਵਾਲੀ ਹੈ ਜਾਂ ਜਿਹੜੀ ਚੀਜ਼ ਆਪਾਂ ਸਮਝ ਸਕਦੇ ਹਾਂ ਕਿ ਜਦੋਂ ਇਹ ਪਾਰਲੀਮੈਂਟ ਸੈਸ਼ਨ ਇੰਡੀਆ ਦੇ ਵਿੱਚ ਹੋ ਰਿਹਾ, ਉਦੋਂ ਦੁਨੀਆ ਦੇ ਵਿੱਚ ਹਾਲਾਤ ਕੀ ਚੱਲ ਰਹੇ ਨੇ ਡੈਮੋਕ੍ਰੈਸੀ ਸਪੇਸ ਨੂੰ ਲੈ ਕੇ, ਤਾਂ ਥੋੜੇ ਦਿਨ ਪਹਿਲਾਂ ਹੀ US ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈ ਹੈ ਜਿਹਦੇ ਵਿੱਚ ਜਿਹੜੇ ਉਹਨਾਂ ਦੇ ਸੰਭਾਵੀ ਕੈਂਡੀਡੇਟ ਨੇ ਡੈਮੋਕ੍ਰੈਟਿਕ ਪਾਰਟੀ ਦੇ ਜੋਏ ਬਾਈਡਨ ਤੇ ਰਿਪਬਲਿਕਨ ਪਾਰਟੀ ਦੇ ਆਪਣੇ ਡੋਨਲਡ ਟਰੰਪ, ਇਹਨਾਂ ਦੇ ਵਿੱਚ ਇੱਕ ਟੀਵੀ ਡਿਬੇਟ ਹੁੰਦੀ ਜਿਹੜੀ ਉੱਥੇ ਰਵਾਇਤ ਹੈ। ਜੇ ਤੁਸੀਂ ਉਸ ਟੀਵੀ ਡਿਬੇਟ ਦਾ ਜੋ ਜੋਏ ਬਾਈਡਨ ਤੇ ਡੋਨਲਡ ਟਰੰਪ ਦੇ ਵਿੱਚ ਹੋਈ ਹੈ ਤੇ ਜਿਹੜੀ ਰਾਹੁਲ ਗਾਂਧੀ ਨੇ ਸਪੀਚ ਦਿੱਤੀ ਹੈ ਜਾਂ ਜੋ ਇੰਡੀਅਨ ਪਾਰਲੀਮੈਂਟ ਦੇ ਵਿੱਚ ਡਿਸਕਸ ਕੀਤਾ ਗਿਆ, ਤਾਂ ਜੇ ਤੁਸੀਂ ਉਸ ਦੇ ਮਿਆਰ ਨੂੰ ਕੰਪੇਅਰ ਕਰੋ ਤਾਂ ਇਹ ਹਾਲਾਂਕਿ ਭਾਰਤ ਦੀ ਜਿਹੜੀ ਡੈਮੋਕ੍ਰੇਸੀ ਆ ਉਹਦੀਆਂ ਆਪਣੀਆਂ ਬਹੁਤ ਸਾਰੀਆਂ ਦਿੱਕਤਾਂ ਨੇ, ਮਤਲਬ ਕਿ ਅਮੈਰੀਕਨ ਡੈਮੋਕ੍ਰੇਸੀ ਦੇ ਮੁਕਾਬਲਤਨ, ਪਰ ਜੇ ਆਪਾਂ ਘੱਟੋ ਘੱਟ ਡਿਬੇਟ ਦੀ ਗੱਲ ਕਰੀਏ, ਉਹਦੇ ਕੰਟੈਂਟ ਦੀ ਗੱਲ ਕਰੀਏ, ਤਾਂ ਉਹ ਕੰਟੈਂਟ ਫਾਰ ਰਿਚਰ ਕੰਟੈਂਟ ਹੈ ਜਿਹੜਾ ਕਿ ਡੋਨਲਡ ਟਰੰਪ ਜਾਂ ਜੋਏ ਬਾਈਡਨ ਦੇ ਵੱਲੋਂ ਦਿੱਤਾ ਗਿਆ। ਤਾਂ ਇਸ ਐਂਗਲ ਦੇ ਵਿੱਚ ਫਰਾਂਸ ਦੇ ਵਿੱਚ ਹੁਣ ਇਲੈਕਸ਼ਨ ਚੱਲ ਰਹੀ ਆ, ਤਾਂ ਫਰਾਂਸ ਦੇ ਵਿੱਚ ਇੱਕ ਫਾਰ ਰਾਈਟ ਪਾਰਟੀ ਜਿਹੜੀ ਆ ਜਿੱਤਣ ਵੱਲ ਜਾ ਰਹੀ ਆ, ਉਹਨਾਂ ਦੀ ਜਿਹੜੀ ਇਲੈਕਸ਼ਨ ਕੈਂਪੇਨ ਆ
ਉਸ ਕੈਂਪੇਨ ਦੇ ਵਿੱਚ ਜਿੱਦਾਂ ਦੀ ਗੱਲ ਹੋ ਰਹੀ ਹੈ, ਜਿੱਦਾਂ ਦੇ ਕੰਟੈਂਟ ਦੀ ਗੱਲ ਹੋ ਰਹੀ ਆ, ਤਾਂ ਜਿੱਦਾਂ ਮੋਰਕਨ ਉੱਥੋਂ ਦੇ ਪ੍ਰੈਜੀਡੈਂਟ ਨੇ ਇਸ ਟਾਈਮ ਤੇ, ਹਾਲਾਂਕਿ ਉਹ ਹੁਣ ਆਉਣਗੇ ਜਾਂ ਨਹੀਂ ਆਉਣਗੇ ਉਹਦੇ ਬਾਰੇ ਹਾਲੇ ਸ਼ੰਕੇ ਬਣ ਰਹੇ ਆ, ਬਟ ਉਹ ਜਿਹੜਾ ਪੋਲੀਟੀਕਲ ਡਿਬੇਟ ਦਾ ਮਿਆਰ ਹੈ ਉਹ ਮਿਆਰ ਨਿਰਸਨ ਦੇ ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ ਨੇ ਉਹਦੇ ਚ ਘਟਿਆ, ਤੇ ਉਸ ਦੌਰ ਦੇ ਵਿੱਚ ਭਾਰਤ ਦੇ ਵਿੱਚ ਪਹਿਲਾਂ ਦਾ ਡਿਬੇਟ ਹੈ ਹੀ ਨਹੀਂ ਸੀ ਪਿਛਲੇ 10 ਸਾਲਾਂ ਦੇ ਵਿੱਚ, ਜਾਂ ਜਿਸ ਢੰਗ ਦਾ ਵੀ ਚੱਕਰ ਚੱਲਿਆ, ਜਿੱਦਾਂ ਰਾਹੁਲ ਗਾਂਧੀ ਨੇ ਇਸ਼ੂ ਨੂੰ ਉਭਾਰਿਆ ਜਾਂ ਭਾਰਤ ਜੋੜੋ ਯਾਤਰਾ ਹੋਈ ਜਾਂ ਕੁਛ ਵੀ ਚੀਜ਼ਾਂ ਚੱਲੀਆਂ ਨੇ, ਤਾਂ ਇਹਦੇ ਚੋਂ ਜਿਹੜੀ ਹਾਲੇ ਇਹਦੇ ਵਿੱਚ ਕਬਲਿਸ਼ ਵਕਤ ਹੈ ਕਿ ਕੁਛ ਵੱਡਾ ਇਹਦੇ ਨਾਲ ਤਬਦੀਲੀ ਕੀ ਹੁੰਦੀ ਹੈ ਜਾਂ ਗਵਰਨਮੈਂਟ ਦੇ ਬਿਹੇਵੀਅਰ ਤੇ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ, ਪਰ ਇੱਕ ਮਤਲਬ ਕਿ ਆਪਾਂ ਅੱਗੇ ਡਿਨੋਮੀਨੇਟਰ ਹੈ ਜਿਹੜਾ ਆਪਾਂ ਡਰਾ ਕਰ ਸਕਦੇ ਹਾਂ, ਉਹ ਡਿਨੋਮੀਨੇਟਰ ਇਹ ਹੈਗਾ ਕਿ ਪੋਲੀਟੀਕਲ ਡਿਬੇਟ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਉਹਦਾ ਜਿਹੜਾ ਲੈਵਲ ਹੈ, ਉਹਦਾ ਜਿਹੜਾ ਬਾਰ ਹੈ ਉਹ ਕਾਫੀ ਮਤਲਬ ਉਹ ਬਾਰ ਕਾਫੀ ਚੱਕਿਆ ਗਿਆ, ਉਹ ਉਸ ਦੇ ਨਾਲ ਕੀ ਹੈ ਕਿ ਜਿਹੜੇ ਐਨਾਲਿਸਟ ਨੇ, ਜਿਹੜੇ ਜਰਨਲਿਸਟ ਨੇ, ਜਿਹੜੇ ਲੋਕ ਸਾਰੇ ਪੋਲੀਟੀਕਲ ਕਮੈਂਟੇਟਰ ਨੇ, ਇਹ ਸਾਰਾ ਓਵਰਆਲ ਮਾਹੌਲ ਤੇ ਵੀ ਫਰਕ ਪੈਂਦਾ, ਮਤਲਬ ਕਿ ਉਹਨਾਂ ਨੂੰ ਵੀ ਫਿਰ ਉਸ ਮੁੱਦਿਆਂ ਤੇ ਆ ਕੇ ਗੱਲ ਕਰਨੀ ਪੈਂਦੀ ਹੈ, ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਕਿ ਉਹਨਾਂ ਨੇ ਤੁਹਾਡੇ ਬਾਰੇ ਇਹ ਕਹਿਤਾ, ਜਿੱਦਾਂ ਦੀ ਇਹ ਪਹਿਲਾਂ ਆਪਾਂ ਪੰਜਾਬ ਦੇ ਵਿੱਚ ਵੀ ਦੇਖਿਆ ਜਦੋਂ ਸਾਡੀਆਂ ਪ੍ਰੈਸ ਕਾਨਫਰੰਸਿਸ ਇੱਥੇ ਹੁੰਦੀਆਂ ਨੇ, ਜਾਂ ਅਸੀਂ ਵਿਧਾਨ ਸਭਾ ਚ ਵੀ ਦੇਖਿਆ ਪੰਜਾਬ ਦੀ ਚ ਵੀ ਉਹ ਫਲਾਣੇ ਨੇ ਉਹਦੀ ਪਰਸਨਲ ਅਸੈਸੀਨੇਸ਼ਨ ਕਰਤੀ, ਉਹ ਕਰਤੀ, ਕੋਈ ਮੁੱਦੇ ਦੀ ਗੱਲ ਨੀ, ਉਹ ਹੁਣ ਘੱਟੋ ਘੱਟ ਇਸ਼ੂ ਬੇਸਡ ਡੈਮੋਕ੍ਰੇਸੀ ਜਿਵੇਂ ਆਪਾਂ ਗੱਲ ਕਰਦੇ ਹਾਂ, ਇਸ਼ੂ ਬੇਸਡ ਡੈਮੋਕ੍ਰੇਸੀ ਦੇ ਵੱਲ ਇੱਕ ਇਸ਼ਾਰਾ ਜ਼ਰੂਰ ਮਿਲ ਰਿਹਾ ਕਿ ਜੇ ਇਹ ਗੱਲ ਹੁਣ ਅੱਗੇ ਵੀ ਚੱਲਦੀ ਰਹਿੰਦੀ ਹੈ, ਆਉਣ ਵਾਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਸੈਸ਼ਨ ਹੋਣਗੀਆਂ ਜਾਂ ਪਾਰਲੀਮੈਂਟ ਤੋਂ ਬਾਹਰ ਵੀ, ਜੇ ਇਸ਼ੂ ਦੇ ਉੱਤੇ ਸਰਕਾਰ ਨੂੰ ਘੇਰਿਆ ਜਾਂਦਾ, ਤਾਂ ਫਿਰ ਇੱਕ ਇਹਦੇ ਚ ਸਮਝ ਬਣਦੀ ਹੈ ਕਿ ਇਹ ਜਿਹੜੀ ਇਸ ਪਾਸੇ ਨੂੰ ਜੇ ਗੱਲ ਤੁਰਦੀ ਹੈ, ਤਾਂ ਨਿਰਸੰਦੇਹ ਜਿਹੜਾ ਖਸਾਰਾ ਹੋਇਆ ਪਿਛਲੇ 10 ਸਾਲਾਂ ਦੇ ਵਿੱਚ ਡੈਮੋਕ੍ਰੈਟਿਕ ਟ੍ਰੈਡੀਸ਼ਨ ਨੂੰ, ਉਹ ਸਾਰੇ ਦਾ ਉਹਦੀ ਭਰਪਾਈ ਹੋ ਸਕਦੀ ਹੈ। ਪਰ ਇਹਦੇ ਚ ਸਭ ਤੋਂ ਹੁਣ ਇੰਪੋਰਟੈਂਟ ਚੀਜ਼ ਦੇਖਣ ਵਾਲੀ ਇਹ ਹੋਏਗੀ ਕਿ ਜਿਹੜਾ ਬਜਟ ਦਾ ਸੈਸ਼ਨ ਆਉਣਾ, ਹਾਲਾਂ ਤੇ ਇਹ ਤਾਂ ਪਹਿਲਾ ਪ੍ਰੈਜ਼ੀਡੈਂਸ਼ੀਅਲ ਐਡਰੈਸ ਦਾ ਸੀਗਾ, ਸਹੁੰਆਂ ਚੱਕਣੀਆਂ ਸੀ, ਇੱਕ ਪ੍ਰੋਸੀਜਰਲ ਚੀਜ਼ ਹੁੰਦੀ ਹੈ। ਹੁਣ ਬਜਟ ਦੇ ਵਿੱਚ ਪਤਾ ਲੱਗੇਗਾ ਕਿ ਜਿਹੜਾ ਬਜਟ ਕਿਸ ਕਿਸਮ ਦਾ ਜਿਹੜੀ ਆ ਮੋਦੀ ਗਵਰਨਮੈਂਟ ਲੈ ਕੇ ਆਉਂਦੀ ਹੈ, ਉਹਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਕਲੀਅਰ ਕਰ ਦੇਣਾ ਕਿ ਉਹ ਮਤਲਬ ਕਿ ਕਿਸ ਲੈਵਲ ਉਹਨਾਂ ਨੇ ਉਹੀ ਪੋਲਿਸੀ ਰੱਖਣੀਆਂ ਨੇ ਪਿਛਲੇ ਵਾਰੀਆਂ, ਜਾਂ ਉਹਨਾਂ ਦੇ ਬਦਲੇ ਹੋਏ ਹਾਲਾਤ ਦੇ ਵਿੱਚ ਜਿਸ ਢੰਗ ਦੇ ਨਾਲ ਉਹਨਾਂ ਨੂੰ ਕਾਊਂਟਰ ਕੀਤਾ ਗਿਆ ਇਲੈਕਸ਼ਨ ਦੇ ਦੌਰਾਨ, ਹੁਣ ਇਲੈਕਸ਼ਨ ਤੋਂ ਬਾਅਦ ਵੀ ਕੀਤਾ ਜਾ ਰਿਹਾ, ਜਿੱਦਾਂ ਦੇ ਰਿਜ਼ਲਟ ਆਏ ਨੇ, ਉਸ ਨੂੰ ਦੇਖਦੇ ਹੋਏ ਇਹਨਾਂ ਦੀ ਪਾਲਿਸੀ ਵਿੱਚ, ਚਾਹੇ ਇਕਨੋਮਿਕ ਪਾਲਿਸੀ ਹੈ, ਚਾਹੇ ਇੰਪਲੋਇਮੈਂਟ ਨੂੰ ਲੈ ਕੇ ਆ, ਜਾਂ ਡਿਫੈਂਸ ਨੂੰ ਲੈ ਕੇ ਆ, ਜਾਂ ਹੋਰ ਤਮਾਮ ਤਰ ਜਿਹੜੀਆਂ ਚੀਜ਼ਾਂ ਤੇ ਘੇਰਿਆ ਗਿਆ, ਜੰਮੂ ਕਸ਼ਮੀਰ ਦਾ ਐਂਗਲ ਹੈ ਜਾਂ ਮਨੀਪੁਰ ਦਾ ਐਂਗਲ ਹੈ, ਉਸ ਦੇ ਉੱਤੇ ਇਹਨਾਂ ਦੀ ਕੀ ਪਾਲਿਸੀ ਰਹਿੰਦੀ ਆ ਬਜਟ ਸੈਸ਼ਨ ਦੇ ਵਿੱਚ, ਜਦੋਂ ਬਜਟ ਪੇਸ਼ ਹੋਣਾ ਯੂਨੀਅਨ ਗਵਰਨਮੈਂਟ ਦੇ ਵੱਲੋਂ ਪਹਿਲਾਂ, ਉਹਦੇ ਵਿੱਚ ਇਹ ਗੱਲਾਂ ਕਲੀਅਰ ਹੋਣੀਆਂ ਨੇ ਕਿ ਇਹਨਾਂ ਨੇ ਵਾਕਈ ਇਹਨਾਂ ਦੀ ਸਿਹਤ ਤੇ ਕੋਈ ਅਸਰ ਪਿਆ ਜਾਂ ਇਹ ਸਿਰਫ ਗੱਲਾਂ ਬਾਤਾਂ ਹੀ ਨੇ, ਕਿਉਂਕਿ ਬਹੁਤ ਸਾਰੇ ਐਨਾਲਿਸਟ ਇਹ ਗੱਲ ਕਹਿ ਰਹੇ ਆ। ਕੁਮਾਰ ਭਾਨੂ ਪ੍ਰਤਾਪ ਮਹਿਤਾ ਇੱਕ ਬਹੁਤ ਵੱਡੇ ਪੋਲੀਟੀਕਲ ਕਮੈਂਟੇਟਰ ਨੇ ਭਾਰਤ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜੇ ਇਹ ਮਿਨੋਰਿਟੀ ਗਵਰਨਮੈਂਟ ਬੀਜੇਪੀ ਦੀ ਆ ਵੀ ਗਈ ਹੈ, ਪਰ ਇਸ ਤੋਂ ਇਹ ਨਹੀਂ ਲਾਉਣਾ ਚਾਹੀਦਾ ਕਿ ਬੀਜੇਪੀ ਦੇ ਜਾਂ ਨਰਿੰਦਰ ਮੋਦੀ ਦੇ ਜਿਹੜਾ ਬਿਹੇਵੀਅਰ ਹੈ ਉਹਦੇ ਵਿੱਚ ਕੋਈ ਫਰਕ ਪਊਗਾ, ਕਿਉਂਕਿ ਨਾਓ ਹੀ ਇਜ਼ ਅ ਵੂਨਡਿਡ ਟਾਈਗਰ, ਤੋਂ ਵੂਨਡਿਡ ਟਾਈਗਰ ਜਿਹੜੇ ਨੇ ਉਹ ਗੁਸੈਲ ਵੀ ਹੋ ਜਾਂਦੇ ਨੇ। ਤਾਂ ਇਹ ਇੱਕ ਇਹਦਾ ਇੱਕ ਡਿਨੋਮੀਨੇਟਰ ਇੱਦਾਂ ਵੀ ਸਾਹਮਣੇ ਆਇਆ ਕਿ ਜਦੋਂ ਇਹ ਰਿਜ਼ਲਟ ਆਪਣੇ ਆਏ ਨੇ, ਇਹ ਜਦੋਂ ਹਾਲੇ ਸਹੁੰ ਚੁੱਕਣੀ ਸੀਗੀ, ਉਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਜਿਹੜੇ ਵਿਸ਼ਵ ਪ੍ਰਸਿੱਧ ਜਿਹੜੇ ਰਾਈਟਰ ਨੇ ਅਰੁੰਧਤੀ ਰੋਏ, ਉਹਨਾਂ ਦੇ ਖਿਲਾਫ ਇੱਕ ਪੁਰਾਣਾ ਕੇਸ ਜਿਹੜਾ ਹੈਗਾ ਸਾਲ 2010 ਦਾ ਬਣਿਆ ਹੋਇਆ ਯੂਏਪੀਏ ਦੇ ਅੰਡਰ, ਉਸ ਨੂੰ ਮਤਲਬ ਕਿ ਸਲੈਪ ਕਰਨ ਦੀ ਮਨਜ਼ੂਰੀ ਜਿਹੜੀ ਸੀਗੀ ਉਹ
ਆਪਣੇ ਦਿੱਲੀ ਦੇ ਜਿਹੜੇ ਗਵਰਨਰ ਨੇ ਉਹਨਾਂ ਦੇ ਵੱਲੋਂ ਦਿੱਤੀ ਗਈ ਆ। ਤਾਂ ਉਹ ਇਹ ਮੰਨਿਆ ਜਾ ਰਿਹਾ ਸੀਗਾ ਕਿ ਜਿਸ ਤਰ੍ਹਾਂ ਇਹ ਮਾਹੌਲ ਬਣਿਆ ਇਹਦੀ ਕੋਈ ਲੋੜ ਨਹੀਂ ਸੀ ਏਦਾਂ ਦੀ ਕਰਨ ਦੀ, ਕੋਈ ਏਦਾਂ ਦੀ ਗੱਲ। ਤਾਂ ਜਿਹੜਾ ਇਹਨਾਂ ਨੇ ਇੱਕ ਮਨਜ਼ੂਰੀ ਦਿੱਤੀ ਇੱਕ ਪੁਰਾਣੇ ਕੇਸ ਦੇ ਵਿੱਚ ਕਿਸ ਕਿਸਮ ਦੇ ਰਾਈਟਰ ਨੂੰ ਹੱਥ ਪਾਉਣ ਦੀ ਜਿਹੜੀ ਗੱਲ ਕਹੀ ਹੈ, ਤਾਂ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਇੰਡੀਕੇਸ਼ਨ ਦਿੱਤਾ ਕਿ ਮਤਲਬ ਕਿ ਵੀ ਤੁਸੀਂ ਇਹ ਨਾ ਸਮਝੋ ਕਿ ਸਾਡੀ ਬਿਹੇਵੀਅਰ ਦੇ ਵਿੱਚ ਜਾਂ ਇਹਦੇ ਇੱਥੇ ਕੋਈ ਹੁਣ ਲਿਹਾਜ਼ ਤੁਹਾਡਾ ਹੋਊਗਾ। ਤਾਂ ਉਹ ਇੱਕ ਐਂਗਲ ਹੈਗਾ, ਪਰ ਹਾਲੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਮੋਦੀ ਗਵਰਨਮੈਂਟ ਜਾਂ ਨਰਿੰਦਰ ਮੋਦੀ ਖਾਸ ਤੌਰ ਤੇ, ਕਿਉਂਕਿ ਇਹ ਜਿਹੜੀ ਸਾਰੀ ਗਵਰਨਮੈਂਟ ਹੈ ਬੀਜੇਪੀ ਦਾ ਸਾਰਾ ਟਮਟਮਾ ਜਿਹੜਾ ਚੱਲ ਰਿਹਾ ਉਹ ਬੇਸਿਕਲੀ ਤਾਂ ਇੱਕ ਕਲਟ ਫਿਗਰ ਦੇ ਉੱਤੇ ਹੀ ਚੱਲ ਰਿਹਾ ਨਰਿੰਦਰ ਮੋਦੀ ਦੀ। ਹੁਣ ਉਹ ਕਲਟ ਫਿਗਰ ਹਾਲੇ ਸਟਰਗਲ ਕਰ, ਉਹ ਉਸ ਲੈਵਲ ਤੇ ਕੁਛ ਉਦਾਂ ਦਾ ਨਵਾਂ ਨਹੀਂ ਆਫਰ ਕਰ ਪਾ ਰਹੇ, ਕਿਉਂਕਿ ਆਪਾਂ ਉਹਨਾਂ ਦੀ ਵੀ ਇੱਕ ਲਿਮਿਟੇਸ਼ਨ ਹੈ ਜੋ ਰਾਹੁਲ ਗਾਂਧੀ ਦੀ ਨਹੀਂ ਹੈਗੀ। ਰਾਹੁਲ ਗਾਂਧੀ ਤਾਂ ਇੱਕ ਵਿਰੋਧੀ ਧਿਰ ਦੇ ਨੇਤਾ ਨੇ, ਤੁਸੀਂ ਜਦੋਂ ਵਿਰੋਧ ਚ ਹੁੰਦੇ ਹੋ ਤਾਂ ਤੁਸੀਂ ਕਈ ਕੁਛ ਕਹਿ ਸਕਦੇ ਹੋ, ਤੁਹਾਡੇ ਕੋਲ ਇੱਕ ਓਪਨ ਸਪੇਸ ਹੁੰਦੀ ਹੈ। ਪਰ ਜਦੋਂ ਜਿਹੜਾ ਬੰਦਾ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਿਆ ਉਹਦੇ ਲਈ ਬਿਲਕੁਲ ਇੱਕ ਚੈਲੰਜ ਹੈਗਾ ਕਿ ਉਹਨੇ ਤੀਜੀ ਵਾਰ ਲੋਕਾਂ ਨੂੰ ਕਿਵੇਂ ਟਿਕਾ ਕੇ ਰੱਖਣਾ। ਤਾਂ ਉਹ ਇੱਕ ਐਂਗਲ ਹੈ, ਉਸ ਨੂੰ ਉਸ ਚੈਲੰਜ ਨੂੰ ਉਹ ਕਿਵੇਂ ਮਤਲਬ ਕਿ ਲੈਂਦੇ ਨੇ, ਕਿਉਂਕਿ ਜੋ ਵੀ ਗੱਲਾਂ ਉਹਨਾਂ ਨੇ ਆਪਣੇ ਭਾਸ਼ਣ ਚ ਕਹੀਆਂ ਨੇ ਉਹ ਭਾਸ਼ਣ ਦੇ ਵਿੱਚ ਤਾਂ ਉਹ ਕਾਫੀ ਪਿਛੜੇ ਨੇ, ਕਿਉਂਕਿ ਉਹੀ ਪੁਰਾਣੀਆਂ ਗੱਲਾਂ ਜਿਹੜੀਆਂ ਉਹ ਬਹੁਤ ਪਹਿਲਾਂ ਵੀ ਕਾਂਗਰਸ ਬਾਰੇ ਕਹਿ ਚੁੱਕੇ ਨੇ, ਜਿਹੜੀਆਂ ਗੱਲਾਂ ਕਹਿ ਕੇ ਉਹ ਸੱਤਾ ਚ ਆਏ ਸੀ। ਹੁਣ ਉਹ ਤੀਜੀ ਵਾਰ ਵੀ ਜੇ ਰਿਪੀਟ ਕਰਨਗੇ ਤਾਂ ਫਿਰ ਉਹ ਮਤਲਬ ਕਿ ਜੋ ਆਪਾਂ ਭਗਵੰਤ ਮਾਨ ਦਾ ਵੀ ਦੇਖ ਰਹੇ ਹਾਂ ਕਿ ਵੀ ਵਾਰ ਵਾਰ ਉਹੀ ਗੱਲਾਂ ਕਾਂਗਰਸ ਨੇ ਜਾਂ ਉਹ ਚੀਜ਼ਾਂ ਹੁਣ ਨਹੀਂ ਸੁਣਦੇ ਲੋਕ, ਉਹ ਇੱਕ ਵਾਰੀ ਤੁਹਾਨੂੰ ਮੌਕਾ ਦੇ ਤਾ ਉਹਦੀ ਵਜ੍ਹਾ ਕਰਕੇ ਤਾਂ ਤੁਹਾਨੂੰ ਮੌਕਾ ਮਿਲਿਆ, ਉਹੀ ਨਰਿੰਦਰ ਮੋਦੀ ਨੂੰ ਮਿਲਿਆ ਜੇ ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ, ਉਹਦੀ ਵਜ੍ਹਾ ਕਰਕੇ ਹੀ ਬੀਜੇਪੀ ਨੂੰ ਮੌਕਾ ਮਿਲਿਆ ਸੀ। ਤਾਂ ਹੁਣ ਤੁਸੀਂ ਉਸ ਉਹਨਾਂ ਚੀਜ਼ਾਂ ਨੂੰ ਵਾਰ ਵਾਰ ਦੁਹਰਾ ਕੇ ਨਹੀਂ ਕਰ ਸਕਦੇ, ਤੁਹਾਨੂੰ ਨਵਾਂ ਕੁਛ ਦੱਸਣਾ ਪਊਗਾ ਕਿ ਜਿਹੜੇ ਤੁਹਾਡੇ ਤੇ ਸਵਾਲ ਉੱਠ ਰਹੇ ਨੇ। ਤਾਂ ਉਹ ਦੇਖਣਾ ਹੋਏਗਾ ਕਿ ਮਤਲਬ ਕਿ ਇਹਦੇ ਵਿੱਚ ਇੱਕ ਇੰਪੋਰਟੈਂਟ ਸਪੀਚ ਜਿਹੜੀ ਇਸ ਪਾਰਲੀਮੈਂਟ ਦਾ ਡਿਨੋਮੀਨੇਟਰ ਹੈ ਉਹ ਮੋਹਿਆ ਮਿੱਤਰਾ ਜਿਹੜੇ ਕਿ ਕ੍ਰਿਸ਼ਨਾ ਨਗਰ ਵੈਸਟ ਬੰਗਾਲ ਤੋਂ ਜਿਹੜੇ ਕਿ MP ਨੇ TMC ਪਾਰਟੀ ਦੇ ਵੱਲੋਂ ਚੁਣੇ ਗਏ ਨੇ, ਉਹਨਾਂ ਨੇ ਜਿਹੜੀ ਸਪੀਚ ਦਿੱਤੀ ਹੈ ਉਹ ਸਪੀਚ ਦਾ ਇੱਕ ਆਪਣਾ ਵੱਖਰਾ ਮਾਇਨਾ ਹੈ, ਕਿਉਂਕਿ ਉਹਨਾਂ ਨੂੰ ਪਿਛਲੀ ਜਿਹੜੀ ਲੋਕ ਸਭਾ ਸੀਗੀ ਉਸ ਦੇ ਵਿੱਚ ਇੱਕ ਐਲੀਗੇਸ਼ਨ ਉਹਨਾਂ ਤੇ ਲੱਗਿਆ ਸੀ ਕਿ ਪਾਰਲੀਮੈਂਟੇਰੀਅਨ ਉਹਨਾਂ ਨੇ ਜਿਹੜੇ ਆਪਣੇ ਸੀਕਰੇਟ ਪਾਸਵਰਡ ਨੇ ਹੋਰ ਨੇ ਉਹ ਇੱਕ ਥਰਡ ਪਾਰਟੀ ਦੇ ਨਾਲ ਸ਼ੇਅਰ ਕੀਤੇ, ਉਹਦੀ ਵਜ੍ਹਾ ਕਰਕੇ ਇੱਕ ਕਮੇਟੀ ਬਣੀ। ਕਮੇਟੀ ਬਣਨ ਤੋਂ ਬਾਅਦ ਉਹ ਕਾਫੀ ਰੌਰਲੇ ਤੋਂ ਬਾਅਦ ਉਹਨਾਂ ਦੀ ਮੈਂਬਰਸ਼ਿਪ ਰੱਦ ਹੋਈ ਸੀ। ਤਾਂ ਜਦੋਂ ਹੁਣ ਇਸ ਵਾਰ ਉਹਨਾਂ ਨੇ ਆ ਕੇ ਇੱਥੇ ਬੋਲੇ ਨੇ ਤਾਂ ਉਹਨਾਂ ਨੇ ਉਹ ਆਪਣਾ ਪੁਰਾਣਾ ਰੈਫਰੈਂਸ ਚੱਕਿਆ ਵੀ ਤੁਸੀਂ ਮੈਨੂੰ ਬਾਹਰ ਕੱਢਿਆ ਸੀ, ਦੇਖੋ ਮੈਂ ਫੇਰ ਆ ਗਈ, ਮੈਂ ਇੱਥੇ ਫੇਰ ਗੱਜ ਰਹੀ ਹਾਂ, ਤੁਸੀਂ ਹੁਣ ਮੇਰਾ ਜਵਾਬ ਦਿਓ। ਤਾਂ ਇਹ ਇੱਕ ਜਿਹੜਾ ਸਾਰਾ ਉਹ ਇੱਕ ਹੁੰਦਾ ਕਿ ਪੋਲੀਟਿਕ ਜਸਟਿਸ ਵਾਲੀ ਜਿਹੜੀ ਗੱਲ ਆ ਕਿ ਹਾਂ ਜਦੋਂ ਇੱਕ ਜਿਹੜੇ ਬੰਦੇ ਨੂੰ ਤੁਸੀਂ ਪ੍ਰੋਸੀਕਿਊਟ ਕੀਤਾ ਉਹਨੇ ਉਹ ਦੁਆਰ ਤੋਂ ਆ ਕੇ ਜਦੋਂ ਬੋਲਦਾ ਤਾਂ ਉਹਨਾਂ ਨੇ ਵੀ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਇੱਦਾਂ ਬਹੁਤ ਸਾਰੇ ਐਂਗਲ ਤੇ ਜਿਹੜੇ ਇਹਦੇ ਜਿਹੜੇ ਬਹੁਤ ਇੰਪੋਰਟੈਂਟ ਫਿਗਰ ਇੱਕ ਹੋਰ ਜਿਹੜੇ ਨੇ ਉਹ ਅਖਿਲੇਸ਼ ਯਾਦਵ ਨੇ, ਜਿਨ੍ਹਾਂ ਨੇ ਗੱਲ ਕੀਤੀ ਹੈ ਹਿੰਦੂਤਵਾ ਦੇ ਐਂਗਲ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਹੈ। ਤੇ ਅਖਿਲੇਸ਼ ਯਾਦਵ ਦੀ ਜਿਹੜੀ ਲੈਂਗੁਏਜ ਹੈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ। ਰਾਹੁਲ ਗਾਂਧੀ ਦੀ ਇੱਕ ਆਪਣੀ ਕੌਨਸਟੀਚੁਐਂਸੀ ਜ਼ਰੂਰ ਹੈਗੀ ਆ, ਕੁਛ ਲੋਕ ਉਹਨਾਂ ਨੇ ਇੱਕ ਇਮੇਜ ਇੱਦਾਂ ਦਾ ਬਣਾਇਆ ਜਿਸ ਢੰਗ ਦੇ ਨਾਲ ਉਹਨਾਂ ਨੂੰ ਪ੍ਰੋਸੀਕਿਊਟ ਵੀ ਕੀਤਾ ਗਿਆ, ਰੈਡੀਕਿਊਲ ਵੀ ਕੀਤਾ ਗਿਆ ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਦੀ ਜਿਹੜੀ ਟ੍ਰੋਲ ਆਰਮੀ ਆ ਸਾਰਿਆਂ ਦੇ ਵੱਲੋਂ। ਪਰ ਰਾਹੁਲ ਗਾਂਧੀ ਦੇ ਵਿੱਚ ਐਗਰੈਸ਼ਨ ਥੋੜਾ ਜ਼ਿਆਦਾ ਹੈ, ਕਈ ਵਾਰੀ ਉਹਨਾਂ ਦੀ ਜਿਹੜੀ ਗੱਲ ਹੈ ਜਿਹੜਾ ਕੋਈ ਹਿੰਦੂ ਮਨੌਤ ਰੱਖਦਾ ਜਾਂ ਜਿਹੜੀਆਂ ਗੱਲਾਂ ਕਈ ਵਾਰੀ ਉਹ ਅਫੈਂਸਿਵ ਵੀ ਕਈ ਵਾਰੀ ਲੈਂਗੁਏਜ ਲੱਗਦੀ ਹੈ। ਪਰ ਅਖਿਲੇਸ਼ ਯਾਦਵ ਨੇ ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਵੀ ਟਾਰਗੇਟ ਉਹੀ ਕੀਤਾ, ਪਰ ਉਹਨਾਂ ਦੀ ਲੈਂਗੁਏਜ ਜਿਹੜੀ ਸੀ ਉਹ ਲੈਂਗੁਏਜ ਦੀ ਜਿਹੜੀ ਚੋਇਸ ਸੀ ਉਹ ਬੜੀ ਘੱਟ ਲੈਸ ਓਫੈਂਸਿਵ ਸੀ।
ਤਾਂ ਜ਼ਿਆਦਾ ਕਾਰਗਰ ਸੀ ਤੇ ਉਹਨਾਂ ਦੇ ਉੱਤੇ ਕੰਟਰੋਵਰਸੀ ਘੱਟ ਹੋਈ। ਉਦਾਂ ਦਾ ਕੋਈ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਇੱਦਾਂ ਦੀ ਗੱਲ ਕਹਿਣ ਦਾ ਕਿ ਵੀ ਇਹ ਹਿੰਦੂ ਦੇ ਖਿਲਾਫ ਗੱਲ ਕਹੀ ਹੈ ਜਾਂ ਕੋਈ ਹੋਰ ਗੱਲ। ਪਰ ਉਹਨਾਂ ਦੀ ਗੱਲ ਜਿਹੜੀ ਸੀ ਜ਼ਿਆਦਾ ਇੰਪੋਰਟੈਂਟ ਲੱਗੀ ਜੋ ਮੇਰੀ ਆਪਣੀ ਆਬਜ਼ਰਵੇਸ਼ਨ ਹੈ। ਉਹਨਾਂ ਨੇ ਇਫੈਕਟਿਵ ਤਰੀਕੇ ਨਾਲ ਗੱਲ ਰੱਖੀ ਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈ ਕਿ ਜਿਹੜਾ ਫੈਜ਼ ਨਗਰ ਦੀ ਜਿਹੜੀ ਕੰਸਟੀਚੁਐਂਸੀ ਹੈ ਅਯੋਧਿਆ ਦੀ, ਜਿੱਥੋਂ ਆਪਣਾ ਸਮਾਜਵਾਦੀ ਪਾਰਟੀ ਦਾ ਐਮ ਪੀ ਜਿੱਤ ਕੇ ਆਇਆ ਜਿਹੜਾ ਕਿ ਰਾਮ ਮੰਦਿਰ ਜਿੱਥੇ ਬਣਿਆ ਸੀ, ਤਾਂ ਜਦੋਂ ਉਹ ਹੁਣ ਉਹ ਡਿਪਟੀ ਲੀਡਰ ਆਫ ਦਾ ਆਪੋਜੀਸ਼ਨ ਨੇ ਜਿਹੜੇ ਕਿ ਉਹ ਮੈਂ ਉਹਨਾਂ ਦਾ ਨਾਮ ਭੁੱਲ ਰਿਹਾ, ਜਿਹੜੇ ਐਮ ਪੀ ਉੱਥੋਂ ਜਿੱਤੇ ਨੇ ਫੈਜ਼ ਨਗਰ ਜਿਹੜੀ ਕੰਸਟੀਚੁਐਂਸੀ ਆ, ਤਾਂ ਉਹ ਐਮ ਪੀ ਜਦੋਂ ਆਏ ਨੇ, ਜਦੋਂ ਉਹ ਉਹਨਾਂ ਨੇ ਇੱਥੇ ਆਪਣੀ ਸਹੁੰ ਚੁੱਕੀ ਹੈ, ਤਾਂ ਉਦੋਂ ਜੈ ਸ਼੍ਰੀ ਰਾਮ ਦੇ ਨਾਰੇ ਲੱਗੇ ਨੇ। ਤਾਂ ਕਿਤੇ ਨਾ ਕਿਤੇ ਉਹ ਜੈ ਸ਼੍ਰੀ ਰਾਮ ਦੇ ਜਿਹੜੇ ਨਾਰੇ ਨੇ ਉਹ ਸਮਾਜਵਾਦੀ ਪਾਰਟੀ ਦੇ ਵੱਲੋਂ ਲਾਏ ਗਏ, ਤਾਂ ਕਿਤੇ ਨਾ ਕਿਤੇ ਉਹਦੀ ਮਨਸ਼ਾ ਇਹ ਹੈ ਕਿ ਜਿਹੜਾ ਉਹ ਇੱਕ ਕੋਰ ਹਿੰਦੂ ਤੋਂ ਵੋਟ ਬੈਂਕ ਦੇ ਜਿਹੜਾ ਸਪੇਸ ਹੈ, ਉਹ ਸਪੇਸ ਦੇ ਵਿੱਚ ਹੁਣ ਚਾਹੇ ਉਹ ਕਾਂਗਰਸ ਹੈ ਜਾਂ ਸਮਾਜਵਾਦੀ ਪਾਰਟੀ, ਉਹ ਸਪੇਸ ਦੇ ਵਿੱਚ ਹਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਜਿਹੜਾ ਇਹਨਾਂ ਦਾ ਕੋਰ ਜਿਹੜਾ ਬੇਸ ਹੈ ਉਹ ਬੇਸ ਨੂੰ ਉਖਾੜਿਆ ਜਾਵੇ। ਤਾਂ ਇਹਦੇ ਚ ਕਿੰਨਾ ਕਾਮਯਾਬ ਹੁੰਦੇ ਨੇ, ਹਾਲਾਂਕਿ ਕੈਲਕੂਲੇਟਿਵ ਰਿਸਕ ਹੁੰਦਾ ਕਿਉਂਕਿ ਜਿਹੜਾ ਧਰਮ ਦਾ ਮਸਲਾ, ਜੇ ਤੁਸੀਂ ਧਰਮ ਦੇ ਐਂਗਲ ਤੋਂ ਕੋਈ ਪੋਲਿਟਿਕਸ ਕਰਦੇ ਹੋ ਤਾਂ ਮਤਲਬ ਕਿ ਉਹ ਕਾਫੀ ਸੈਂਸਿਟਿਵ ਮਸਲਾ ਹੁੰਦਾ, ਉਹ ਦੋਵੇਂ ਪਾਸੇ ਹੀ ਗੱਲ ਜਾ ਸਕਦੀ ਹੁੰਦੀ ਹੈ। ਪਰ ਕੋਸ਼ਿਸ਼ ਕਿਤੇ ਨਾ ਕਿਤੇ ਓਪੋਜੀਸ਼ਨ ਦੀ ਇਹੀ ਮੈਨੂੰ ਲੱਗੀ। ਹਾਂਜੀ ਮਾਨ ਸਾਹਿਬ, ਹੈਲੋ। ਉਹਦੇ ਵਿੱਚ ਹਾਂਜੀ, ਉੱਥੇ ਬੋਲਣ ਵਾਲਿਆਂ ਦੇ ਵਿੱਚ ਗੁਰਮੀਤ ਸਿੰਘ ਮੀਤ ਜਿਹੜੇ ਕੈਬਨਿਟ ਮਿਨਿਸਟਰ ਪੰਜਾਬ ਦੇ ਰਹੇ ਨੇ ਤੇ ਉਹ ਚੁਣੇ ਗਏ ਨੇ, ਉਹਨਾਂ ਦੀ ਸਪੀਚ ਦੇ ਵਿੱਚ ਮੈਨੂੰ ਦੋ ਚਾਰ ਨੁਕਤੇ ਚੰਗੇ ਲੱਗੇ। ਉਹਨਾਂ ਨੇ ਕਿਹਾ ਕਿ ਇਹ ਸਾਰੀ ਰਿਪੋਰਟ ਦੇ ਵਿੱਚ ਪੰਜਾਬ ਦਾ ਈਵਨ ਨਾਂ ਵੀ ਮੈਨਸ਼ਨ ਨਾ ਹੋਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਖਾਮੀ ਹੈ, ਕਿਉਂਕਿ ਪੰਜਾਬ ਔਰ ਪੰਜਾਬੀਆਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਆਜ਼ਾਦੀ ਵਾਲੀ ਲਹਿਰ ਤੋਂ ਲੈ ਕੇ ਔਰ ਬਾਅਦ ਵਿੱਚ ਜਿਹੜਾ ਹੈਗਾ ਉਹ ਆਤਮ ਵਿਸ਼ਵਾਸ ਆਤਮ ਨਿਰਭਰ ਹੋਣ ਵਾਲੀ ਜਿਹੜੀ ਗੱਲ ਹੈਗੀ ਹੈ, ਫੂਡ ਵਾਲੀ ਜਿਹੜੀ ਸਕੇਅਰ ਸਿਟੀ ਸੀਗੀ ਔਰ ਜਿਹਦੇ ਵਾਸਤੇ ਪ੍ਰਾਈਮ ਮਿਨਿਸਟਰ ਜਿਹੜਾ ਸੀ ਹਿੰਦੁਸਤਾਨ ਦਾ ਉਹ ਆਪਣਾ ਠੂਠਾ ਲੈ ਕੇ ਬਾਹਰਲੇ ਮੁਲਕਾਂ ਦੇ ਵਿੱਚ ਅਨਾਜ ਵਾਸਤੇ ਬੇਨਤੀਆਂ ਕਰਦਾ ਸੀ। ਉਹਨੇ ਕਿਹਾ ਇਹ ਸਾਰਾ ਕੁਛ ਔਰ ਇਦੋਂ ਇਲਾਵਾ ਜਿਹੜੇ ਸਾਡੇ ਫੌਜੀ ਨੇ ਉਹ ਸਰਹੱਦਾਂ ਦੇ ਉੱਪਰ ਸਭ ਤੋਂ ਵੱਧ ਕੁਰਬਾਨੀ ਕਰਨ ਵਾਲੇ, ਸ਼ਹੀਦੀਆਂ ਪਾਉਣ ਵਾਲੇ ਨੇ, ਤੇ ਇਸ ਕਿਸਮ ਦੀ ਜਿਹੜਾ ਸੂਬਾ ਹੈਗਾ ਜਿਹਦੀ ਇਸ ਕਿਸਮ ਦੀ ਕੰਟਰੀਬਿਊਸ਼ਨ ਹੋਵੇ ਨਾ ਸਿਰਫ ਆਪਣੇ ਸੂਬੇ ਵਾਸਤੇ ਬਲਕਿ ਹਿੰਦੁਸਤਾਨ ਵਾਸਤੇ, ਉਹਦਾ ਰਿਪੋਰਟ ਦੇ ਵਿੱਚ ਮੈਨਸ਼ਨ ਵੀ ਨਾ ਹੋਣਾ ਆਪਣੇ ਆਪ ਵਿੱਚ ਮੈਨੂੰ ਲੱਗਦਾ, ਮੈਨੂੰ ਇਹ ਵੀ ਲੱਗਦਾ ਵੀ ਘੱਟੋ ਘੱਟ ਕਿਉਂਕਿ ਉਹ ਮਿਨਿਸਟਰ ਰਹੇ ਨੇ, ਬੇਸ਼ੱਕ ਉਹਨਾਂ ਦਾ ਪਹਿਲਾ ਐਕਸਪੋਜ਼ਰ ਹੈਗਾ ਬਤੌਰ ਮੈਂਬਰ ਆਫ ਪਾਰਲੀਮੈਂਟ, ਪਰ ਮੈਨੂੰ ਲੱਗਦਾ ਇਸ ਕਿਸਮ ਦੀਆਂ ਜਿਹੜੀਆਂ ਸਹੀ ਗੱਲਾਂ ਨੇ ਜੇ ਤੁਸੀਂ ਉਹ ਪੋਜੀਸ਼ਨ ਲੈ ਕੇ ਪਾਰਲੀਮੈਂਟ ਵਿੱਚ ਬੋਲੋਗੇ, ਲੋਕ ਤੁਹਾਨੂੰ ਸੁਣਦੇ ਨੇ, ਇਹ ਠੀਕ ਹੈ ਵੀ ਉਹ ਪੰਜਾਬੀ ਵਾਲੀ ਲੈਂਗੁਏਜ ਜਿਹੜੀ ਹੈ ਕਿੰਨੇ ਕੁ ਲੋਕ ਸਮਝਦੇ ਨੇ ਜਾਂ ਉਹਨਾਂ ਨੂੰ ਜਿਹੜੇ ਸੁਣਨ ਵਾਲੇ ਹੈਗੇ ਨੇ ਉਹਨਾਂ ਨੂੰ ਜਿਹੜਾ ਦੁਭਾਸ਼ੀਆ ਹੈਗਾ ਉਹ ਕਿੰਨੀ ਕੁ ਫੀਲ ਦਿੰਦਾ ਹੈਗਾ ਉਹ ਅਲੱਗ ਗੱਲ ਹੈ, ਪਰ ਮੈਨੂੰ ਲੱਗਦੀ ਹੈ ਪੰਜ ਕੁ ਵਾਰੀ ਮੇਰੀ ਆਬਜ਼ਰਵੇਸ਼ਨ ਵਿੱਚ ਵੀ ਇਵੇਂ ਲੱਗਦਾ
ਵੀ ਮਾਹੌਲ ਜਿਹੜਾ ਸੀਗਾ ਪੁਰਾਣੇ 10 ਸਾਲਾਂ ਦੇ ਮੁਕਾਬਲੇ ਤੇ ਇਸ ਵਾਰੀ ਪਾਰਲੀਮੈਂਟ ਦਾ ਉਹ ਜ਼ਰੂਰ ਵੱਖਰਾ ਸੀ, ਉਹ ਨਵੇਕਲਾ ਸੀ ਔਰ ਉਹਦੇ ਵਿੱਚ ਮੈਰਿਟ ਹੈ ਕਿਉਂਕਿ ਡੈਮੋਕ੍ਰੈਟਿਕ ਤਾਂ ਹੀ ਕੋਈ ਸਿਸਟਮ ਜਿਹੜਾ ਹੈਗਾ ਆਪਣੇ ਆਪ ਨੂੰ ਅਖਵਾ ਸਕਦਾ ਹੈ ਜੇ ਉਹ ਸੱਚੀ ਮੁੱਚੀ ਡੈਮੋਕ੍ਰੈਟਿਕ ਜਿਹੜਾ ਸਟਰਕਚਰ ਹੈ ਉਹਨੂੰ ਵੀ ਉਸ ਤਰੀਕੇ ਨਾਲ ਇਸਤੇਮਾਲ ਕਰੇ। ਸੋ ਮੈਨੂੰ ਲੱਗਦੀ ਵੀ ਇਹ ਕੁੱਲ ਮਿਲਾ ਕੇ ਕੁਝ ਥੋੜਾ ਜਿਹਾ ਪੋਜ਼ਿਟਿਵ ਇਸ ਵਾਰੀ ਮੈਨੂੰ ਲੱਗ ਰਿਹਾ ਵੀ ਇਹ ਹੋਇਆ ਜੋ ਹੁਣ ਵਾਲਾ ਸੈਸ਼ਨ ਸੀ। ਜਿਹੜਾ ਜਿਹੜਾ ਤੁਸੀਂ ਹੁਣ ਗੁਰਮੀਤ ਮੀਤ ਮੇਹਰ ਦੀ ਗੱਲ ਕੀਤੀ ਤਾਂ ਬਿਲਕੁਲ ਉਹਨਾਂ ਨੇ ਉਹ ਨੁਕਤੇ ਉਭਾਰੇ, ਪਰ ਇਹਦੇ ਚ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਅਦਰਵਾਈਜ਼ ਉਹਨਾਂ ਵੀ ਇੱਕ ਹਾਈਪਰ ਨੈਸ਼ਨਲਿਜ਼ਮ ਦਾ ਏਜੰਡਾ ਰਿਹਾ। ਤਾਂ ਤੁਹਾਨੂੰ ਪਤਾ ਹੋਊਗਾ ਆਪਾਂ ਦੇਖਿਆ ਸਾਰਿਆਂ ਨੇ ਕਿ ਮਾਰਚ 2023 ਦੇ ਵਿੱਚ ਜਦੋਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉੱਤੇ ਇੱਕ ਐਕਸ਼ਨ ਕੀਤਾ ਗਿਆ ਉਹਨਾਂ ਨੂੰ ਫੜਨ ਦਾ, ਤਾਂ ਉਸ ਤੋਂ ਅਰਵਿੰਦ ਕੇਜਰੀਵਾਲ ਨੇ ਔਰ ਜਿਹੜੇ ਭਗਵੰਤ ਮਾਨ ਨੇ ਪੰਜਾਬ ਦੇ ਚੀਫ ਮਿਨਿਸਟਰ, ਉਹਨਾਂ ਨੇ ਅਨਾਊਂਸ ਕੀਤਾ ਕਿ ਜਿਹੜੀਆਂ ਸ਼ਕਤੀਆਂ ਦੇਸ਼ ਦੇ ਖਿਲਾਫ਼ ਚੱਲ ਰਹੀਆਂ ਸੀ ਉਹਨਾਂ ਦੇ ਉੱਤੇ ਅਸੀਂ ਮਤਲਬ ਕਿ ਕਾਰਵਾਈ ਕੀਤੀ ਹੈ ਤੇ ਇਸ ਦੇ ਵਿੱਚ ਕੇਂਦਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਖੜੇ ਹਾਂ ਤੇ ਜਿਹੜੀ ਪਹਿਲੇ ਤੇ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਇਹੀ ਕਿਹਾ ਕਿ ਜੁਆਇੰਟ ਆਪਰੇਸ਼ਨ ਹੈਗਾ ਕੇਂਦਰ ਦੇ ਨਾਲ ਤੇ ਕੇਂਦਰ ਦੇ ਨਾਲ ਇਸ ਮਸਲੇ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਰਵਾਂਗੇ। ਤਾਂ ਜਦੋਂ ਹੁਣ ਉਹੀ ਕੇਂਦਰ ਨੂੰ ਜਦੋਂ ਮੀਤ ਹੇਅਰ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ ਤਾਂ ਉਹ ਇੱਕ ਕੰਟਰਾਡਿਕਸ਼ਨ ਬਣਦੀ ਹੈ। ਮਤਲਬ ਕਿ ਉਹ ਇੱਥੇ ਹਾਲਾਂਕਿ ਪੰਜਾਬੀਆਂ ਦੇ ਸੁਭਾਅ ਦੀ ਮਤਲਬ ਕਿ ਭਾਵਨਾ ਦੀ ਤਰਜਮਾਨੀ ਕਰ ਰਹੇ ਆ, ਪਰ ਇਹ ਪਾਰਟੀ ਦਾ ਜਿਹੜਾ ਪਿਛਲਾ ਇੱਕ ਬਿਹੇਵੀਅਰ ਰਿਹਾ ਕੁਛ ਪਰਟੀਕੁਲਰ ਜੰਕਸ਼ਨ ਦੇ ਉੱਤੇ, ਹਾਲਾਂਕਿ ਅੰਮ੍ਰਿਤਪਾਲ ਦੇ ਉੱਤੇ ਜੋ ਵੀ ਇੱਕ ਲੀਗਲ ਕਾਰਵਾਈ ਬਣਦੀ ਸੀ ਉਹ ਕਾਂਗਰਸ ਆਪਣੀ ਪੰਜਾਬ ਪੁਲਿਸ ਨੂੰ ਕਰਨੀ ਚਾਹੀਦੀ ਹੈ, ਉਹ ਕਰਨੀ ਵੀ ਚਾਹੀਦੀ ਸੀ, ਉਹਨਾਂ ਨੇ ਕੀਤੀ ਵੀ ਹੈ। ਬਟ ਦਾ ਪੁਆਇੰਟ ਉਦੋਂ ਵੀ ਉਦੋਂ ਉਭਰਿਆ ਸੀ, ਇਹੀ ਪੁਆਇੰਟ ਉਭਰਿਆ ਸੀ ਕਿ ਇਹਦੇ ਚ ਜਿਹੜਾ ਸੈਂਟਰ ਦਾ ਅਮਲ ਦਖਲ ਹੈ ਜਿਹੜਾ ਸੂਬੇ ਦੇ ਕਾਰਜਾਂ ਦੇ ਵਿੱਚ ਉਹ ਬੜੀ ਖਤਰਨਾਕ ਰੁਝਾਨ ਹੈ, ਤਾਂ ਉਹ ਉਸ ਨੂੰ ਇਹਨਾਂ ਨੇ ਇੱਕ ਖੁੱਲਾ ਹੱਥ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਦੇਖ ਕੇ ਕਿਸ ਢੰਗ ਦੇ ਨਾਲ ਅੰਮ੍ਰਿਤਪਾਲ ਦੇ ਸਾਰੇ ਮਸਲੇ ਦੇ ਉੱਤੇ ਸਾਡੇ ਜਿਹੜੇ ਜਰਨਲਿਸਟ ਸੀਗੇ ਉਹਨਾਂ ਦੇ ਟਵਿੱਟਰ ਹੈਂਡਲ ਵੀ ਬੰਦ ਹੋਏ, ਕਈਆਂ ਦੇ ਚੈਨਲ ਵੀ ਬੰਦ ਹੋਏ, ਤਾਂ ਉਹ ਸਾਰਾ ਜਿਹੜਾ ਪ੍ਰੋਸੈਸ ਸੀਗਾ ਉਹ ਸੈਂਟਰ ਦੀਆਂ ਏਜੰਸੀਆਂ ਕਰ ਰਹੀਆਂ ਸੀ ਪੰਜਾਬ ਦੇ ਵਿੱਚ। ਤਾਂ ਉਹ ਇੱਕ ਜਿਹੜਾ ਇੱਕ ਜਿਹੜਾ ਇੱਕ ਪੱਖ ਹੈ ਮਤਲਬ ਕਿ ਜਿਹਦੇ ਵਿੱਚ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਦਾ ਮਸਲਾ ਹੈ ਉਹ ਤਾਂ ਪੰਜਾਬ ਗਵਰਨਮੈਂਟ ਨੇ ਦੇਖਣਾ, ਚਾਹੇ ਉੱਥੇ ਕੁਛ ਵੀ ਹੁੰਦਾ ਅਨਲੈਸ ਐਂਡ ਅੰਟਿਲ ਜਿਹੜੀ ਪੰਜਾਬ ਗਵਰਨਮੈਂਟ ਹੈ ਉਹ ਆਪ ਨਹੀਂ ਕਹਿੰਦੀ। ਤਾਂ ਉਸ ਸਾਰੇ ਮਸਲੇ ਦੇ ਉੱਤੇ ਜਾਂ ਹਰਦੀਪ ਸਿੰਘ ਨਿੱਜਰ ਦਾ ਇਸ਼ੂ ਉੱਠਿਆ, ਜਿੰਨੇ ਇਸ਼ੂ ਉੱਠੇ ਨੇ ਉਹਦੇ ਵਿੱਚ ਪੰਜਾਬ ਗਵਰਨਮੈਂਟ ਬਿਲਕੁਲ ਖਾਮੋਸ਼ ਰਹੀ ਹੈ, ਕਿਉਂਕਿ ਜਿਹੜੇ ਜਦੋਂ ਜਿਹੜੇ ਜਿਹੜੇ ਸੂਬੇ ਦੇ ਵਿੱਚ ਤੁਸੀਂ ਰਾਜ ਕਰ ਰਹੇ ਹੋ ਉਸ ਦੀਆਂ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਕਿਸੇ ਮਸਲੇ ਨੂੰ ਲੈ ਕੇ ਉਸ ਨੂੰ ਉਹਦੇ ਤੇ ਤੁਸੀਂ ਖਾਮੋਸ਼ ਨਹੀਂ ਰਹਿ ਸਕਦੇ, ਤੁਸੀਂ ਉਹਦੇ ਅਗੇਂਸਟ ਜਾ ਸਕਦੇ ਹੋ, ਉਹਦੇ ਹੱਕ ਤੁਸੀਂ ਕੋਈ ਨਾ ਕੋਈ ਤੁਹਾਨੂੰ ਪੋਜੀਸ਼ਨ ਦੇਣੀ ਪੈਂਦੀ ਹੈ ਆਪਣੀ। ਤਾਂ ਉਸ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੱਟੋ ਘੱਟ ਇਸ ਚੋਣਾਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਸਮਝ ਆਈ ਹੈ ਕਿ ਮਤਲਬ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਇੱਕ ਦੇਸ਼ ਇੱਕ 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 ਐਜੂਕੇਸ਼ਨ ਜਿਹੜੀ ਅਰਵਿੰਦ ਕੇਜਰੀਵਾਲ ਜਿਹੜਾ ਨਰੇਟਿਵ ਲੈ ਕੇ ਆਉਂਦੇ ਨੇ ਹਾਈਪਰ ਨੈਸ਼ਨਲਿਜ਼ਮ ਦਾ, ਉਹ ਹਾਈਪਰ ਨੈਸ਼ਨਲਿਜ਼ਮ ਦਾ ਨਰੇਟਿਵ ਪੰਜਾਬ ਦੇ ਵਿੱਚ ਨਹੀਂ ਚੱਲ ਸਕਦਾ, ਕਿਉਂਕਿ ਉਹ ਜਿਹੜੀ ਸਪੀਚ ਹੈ ਹੁਣ ਜੋ ਅਰਵਿੰਦ ਕੇਜਰੀਵਾਲ ਆਪਣੀਆਂ ਸਪੀਚ ਚ ਕਹਿੰਦੇ ਨੇ ਜਾਂ ਉਹਨਾਂ ਦੇ ਨੁਮਾਇੰਦੇ ਦਿੱਲੀ ਤੋਂ ਕਹਿੰਦੇ ਨੇ ਤੇ ਜਿਹੜੀ ਗੱਲ ਮੀਤ ਹੇਅਰ ਨੇ ਕਹੀ ਹੈ ਤੇ ਈਵਨ ਉਹ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਇੱਕ ਫਰਕ ਤੁਹਾਨੂੰ ਦਿਖੂਗਾ
ਤੇ ਉਹ ਚੀਜ਼ ਚੰਗੀ ਹੈ ਜੇ ਪਾਰਟੀ ਇਹਨੂੰ ਜਿਹੜਾ ਮਤਲਬ ਕਿ ਇਹਦਾ ਇਹ ਚ ਕੋਰਸ ਕਰੈਕਸ਼ਨ ਲੈ ਕੇ ਇਸ ਪੋਜੀਸ਼ਨ ਤੇ ਆ ਰਹੀ ਹੈ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ। ਮਤਲਬ ਕਿ ਪਰ ਹਾਂ ਇਹ ਗੱਲ ਠੀਕ ਹੈ ਕਿ ਜਿਹੜੇ ਪਿਛਲੀਆਂ ਪੋਜੀਸ਼ਨਾਂ ਰਹੀਆਂ ਨੇ ਉਹਦੀ ਵੀ ਸਕਰੂਟਨੀ ਨਾਲੋਂ ਨਾਲ ਹੋਣੀ ਚਾਹੀਦੀ ਹੈ। ਤਾਂ ਇਹਦੇ ਵਿੱਚ ਇੱਕ ਇੰਪੋਰਟੈਂਟ ਜਿਹੜੀ ਗੱਲ ਆਪਣੀ ਰਹਿ ਗਈ ਸੀ ਉਹ ਇਹੀ ਹੈ ਕਿ ਜਿਹੜੀ ਅੰਮ੍ਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਜਿੱਤੇ ਨੇ ਉਹਨਾਂ ਦੀ ਜਿਹੜੀ 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 ਉਹਨਾਂ ਨੇ ਸਹੁੰ ਚੁੱਕਣੀ ਹੈ ਉਹ ਸਹੁੰ ਨਹੀਂ ਹਾਲੇ ਉਹਨਾਂ ਨੂੰ ਚੁਕਾਈ ਗਈ ਸੀ ਤਾਂ ਉਹ ਉਸ ਨੂੰ ਲੈ ਕੇ ਵੀ ਕਾਫੀ ਹਾਲਾਂਕਿ ਨੈਸ਼ਨਲ ਲੈਵਲ ਤੇ ਉਨਾ ਮੁੱਦਾ ਨਹੀਂ ਹੈਗਾ ਪਰ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਹੈ ਤੇ ਉਹ ਉਹਦੀ ਵਜ੍ਹਾ ਕਰਕੇ ਹੁਣ ਜਿਹੜਾ ਹੈਗਾ ਆ ਉਹਨਾਂ ਨੂੰ ਅਲਾਓ ਕੀਤਾ ਗਿਆ ਜਿਹੜੇ ਕਿ ਆਪਣੇ ਅੰਮ੍ਰਿਤਸਰ ਦੇ ਡੀਸੀ ਨੇ ਜਿਹੜਾ ਐਨ ਐਸ ਏ ਦੇ ਅਧੀਨ ਕੋਈ ਵੀ ਜਦੋਂ ਜਾਂਦਾ ਤਾਂ ਉਹ ਓਬਵੀਅਸਲੀ ਉਹ ਜਿੱਥੋਂ ਦੇ ਵਸਨੀਕ ਹੁੰਦੇ ਨੇ ਉੱਥੋਂ ਦੀ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਰੈਕਮੈਂਡੇਸ਼ਨ ਤੇ ਹੀ ਐਨ ਐਸ ਏ ਲੱਗਦਾ ਤਾਂ ਉਹਦੀ ਵਜ੍ਹਾ ਕਰਕੇ ਇਹ ਜਿਹੜਾ ਜਿਹੜੇ ਅੰਮ੍ਰਿਤਸਰ ਦੇ ਡੀਸੀ ਨੇ ਉਹਨਾਂ ਦੇ ਵੱਲੋਂ ਇਹ ਅਲਾਓ ਕੀਤਾ ਗਿਆ ਜਿਹੜੀ ਜੇਲ੍ਹ ਸੁਪਰਡੈਂਟ ਨੂੰ ਡਿਬਰੂਗੜ੍ਹ ਦੇ ਵਿੱਚ ਅੰਮ੍ਰਿਤਪਾਲ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਉਸ ਦੇ ਵਿੱਚ ਅਲਾਓ ਹੋਈ ਹੈ ਤੇ ਹੁਣ ਉਹਨਾਂ ਨੇ ਅੱਜ ਉਹਨਾਂ ਨੇ ਛੁੱਟਣਾ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਤੇ ਉਹਨਾਂ ਨੇ ਫਿਰ ਕੱਲ ਸਹੁੰ ਚੁੱਕਣੀ ਹੈ ਤਾਂ ਇਹਦਾ ਸਵਾਗਤ ਹੋਣਾ ਚਾਹੀਦਾ। ਮਤਲਬ ਕਿ ਜੇ ਉਹਨਾਂ ਨੂੰ ਕੋਈ ਮੈਂਡੇਟ ਮਿਲਿਆ ਤਾਂ ਇਹ ਉਹਨਾਂ ਦਾ ਹੱਕ ਬਣਦਾ ਬੀਂਗ ਇਲੈਕਟਿਡ ਮੈਂਬਰ ਕਿ ਉਹਨਾਂ ਨੂੰ ਸਹੁੰ ਚੁਕਾਈ ਜਾਵੇ। ਇਹ ਉਹਨਾਂ ਦਾ ਇੱਕ ਬੁਨਿਆਦੀ ਹੱਕ ਹੈ, ਕੌਨਸਟੀਟਿਊਸ਼ਨਲ ਰਾਈਟ ਹੈ। ਇੱਥੇ ਇੰਟਰਸਟਿੰਗ ਗੱਲ ਇਹ ਸਮਝਣ ਵਾਲੀ ਹੈ ਕਿ ਜੋ 1,97,000 ਦੇ ਵਿੱਚ ਦੀਆਂ ਵੱਡੇ ਫਰਕ ਦੇ ਨਾਲ ਉਹ ਜਿੱਤੇ ਨੇ, ਕੋਈ ਉਹਨਾਂ ਦੀ ਪੋਲਿਟਿਕਸ ਨਾਲ ਸਹਿਮਤ ਹੋ ਸਕਦਾ ਅਸਹਿਮਤ ਹੋ ਸਕਦਾ, ਪਰ ਉਹਨਾਂ ਨੂੰ ਵੋਟਾਂ ਪਈਆਂ ਨੇ, ਉਹ ਇਲੈਕਟਿਡ ਮੈਂਬਰ ਨੇ, ਇਸ ਫੈਕਟ ਤੋਂ ਕੋਈ ਭੱਜ ਨਹੀਂ ਸਕਦਾ। ਤਾਂ ਉਸ ਐਂਗਲ ਦੇ ਉੱਤੇ ਉਹਨਾਂ ਨੂੰ ਤਾਂ ਉਹਨਾਂ ਦੇ ਬਾਰੇ ਚਾਹੇ ਜਦੋਂ ਰਵਨੀਤ ਬਿੱਟੂ ਨੂੰ ਪੁੱਛਿਆ ਗਿਆ ਜਿਹੜੇ ਕਿ ਮਿਨਿਸਟਰ ਆਫ ਸਟੇਟ ਬਣੇ ਨੇ ਜਿਹੜੇ ਕਿ ਭਾਵੇਂ ਉਹ ਚੋਣਾਂ ਹਾਰ ਵੀ ਗਏ ਉਹਨਾਂ ਨੂੰ ਤਾਂ ਵੀ ਜਿਹੜਾ ਹੈਗਾ ਆ ਉਹ ਇਹ ਬਹੁਤ ਸਾਰੀ ਭਾਵਨਾ ਚੱਲ ਰਹੀ ਹੈ ਕਿ ਉਹਨਾਂ ਨੂੰ ਤਾਂ ਵੀ ਪਾਰਲੀਮੈਂਟ ਦੇ ਵਿੱਚ ਸਹੁੰ ਵੀ ਚੁਕਾਈ ਗਈ ਹੈ ਤੇ ਹੁਣ ਜਦੋਂ ਪ੍ਰਧਾਨ ਮੰਤਰੀ ਬੋਲ ਰਹੇ ਨੇ ਤੁਸੀਂ ਦੇਖਿਆ ਹੋਣਾ ਕਿ ਉਹਦੇ ਬਿਲਕੁਲ ਪਿੱਛੇ ਉਹ ਬੈਠੇ ਨੇ। ਤਾਂ ਉਹ ਇਹ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਜਿਹੜੀ ਆਪਾਂ ਪਹਿਲਾਂ ਗੱਲਾਂ ਬਹੁਤ ਵੱਡੀਆਂ ਵੀ ਕੀਤੀਆਂ ਨੇ ਪਰ ਉਹਦੀ ਲਿਮਿਟੇਸ਼ਨ ਵੀ ਇਹੀ ਹੈ ਕਿ ਉਹਦਾ ਇੱਕ ਕੋਝਾ ਮਜ਼ਾਕ ਵੀ ਹੈ ਕਿ ਮਤਲਬ ਕਿ ਇੱਕ ਹਾਰਿਆ ਹੋਇਆ ਜਿਹੜਾ ਕੈਂਡੀਡੇਟ ਹੈ ਉਹ ਇੱਕ ਮਿਨਿਸਟਰ ਦੇ ਤੌਰ ਤੇ ਬੈਠਾ ਤੇ ਜਿਹੜਾ ਜਿੱਤਿਆ ਹੋਇਆ ਉਹਨੇ ਹਜੇ ਤੱਕ ਸਹੁੰ ਨਹੀਂ ਚੁੱਕੀ। ਤਾਂ ਇਹ ਇੱਕ ਐਂਗਲ ਜ਼ਰੂਰ ਨਿਕਲਿਆ। ਤਾਂ ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਇਹ ਅੰਮ੍ਰਿਤਪਾਲ ਉਹਨਾਂ ਦੀ ਸਹੁੰ ਦੇ ਮਸਲੇ ਦੇ ਉੱਤੇ ਜੋ ਰਵਨੀਤ ਬਿੱਟੂ ਦਾ ਬਿਆਨ ਹੈ ਤੇ ਜੋ ਕੱਲ ਜਿਹੜੇ ਸੁਨੀਲ ਜਾਖੜ ਨੇ ਬੀਜੇਪੀ ਦੇ ਪ੍ਰਧਾਨ ਪੰਜਾਬ ਦੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਜੇ ਤੁਸੀਂ ਅੰਮ੍ਰਿਤਪਾਲ ਨੂੰ ਛੱਡਣਾ ਫਿਰ ਲਾਰੈਂਸ ਬਿਸ਼ਨੋਈ ਨੂੰ ਵੀ ਛੱਡ ਦਿਓ, ਇਹ ਬੜਾ ਮੰਦਭਾਗਾ ਬਿਆਨ ਹੈ। ਮਤਲਬ ਕਿ ਢੰਗ ਦੇ ਨਾਲ ਉਹਨਾਂ ਨੇ ਇਹਨਾਂ ਦੋਨਾਂ ਨੂੰ ਕੰਪੇਅਰ ਕੀਤਾ ਤੇ ਸਾਰੀ ਸਿਚੁਏਸ਼ਨ ਨੂੰ ਬਾਈਪਾਸ ਕਰਕੇ ਉਹ ਇੱਕ ਇਸ ਕਿਸਮ ਦੀ ਇੱਕ ਪੋਲਰਾਈਜੇਸ਼ਨ ਦੀ ਜਿਹੜੀ ਸਿਆਸਤ ਹੈ ਹੁਣ ਜਿਹੜੀ ਚੀਜ਼ ਦੇਖਣ ਵਾਲੀ ਹੈ ਜਿਹੜੀ ਪੰਜਾਬ ਦੇ ਲਈ ਕੰਸਰਨਿੰਗ ਹੈ। ਜੇ ਬੀਜੇਪੀ ਇੱਕ ਪੋਲਰਾਈਜੇਸ਼ਨ ਦੀ ਸਿਆਸਤ ਪੰਜਾਬ ਦੇ ਵਿੱਚ ਕਰਦੀ ਹੈ ਜਿਹੜਾ ਇਸ ਕਿਸਮ ਦਾ ਬਿਆਨ ਦੀ ਲੋੜ ਨਹੀਂ ਸੀ ਕਿਉਂਕਿ ਜਿਹੜੇ ਸੁਨੀਲ ਜਾਖੜ ਨੇ ਉਹ ਇੱਕ ਸੀਨੀਅਰ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਲਾਰੈਂਸ ਬਿਸ਼ਨੋਈ ਦੇ ਸਟੇਚਰ 'ਚ ਤੇ ਅੰਮ੍ਰਿਤਪਾਲ ਦੇ ਸਟੇਚਰ 'ਚ ਕੀ ਫਰਕ ਹੈਗਾ। ਨਾਓ ਹੁਣ ਹੀ ਇਜ਼ ਐਨ ਐਕਟਿਵ ਮੈਂਬਰ, ਤਾਂ ਫਿਰ ਵੀ ਉਹਨਾਂ ਨੇ ਲਾਰੈਂਸ ਬਿਸ਼ਨੋਈ ਦੀ ਇੱਕ ਤਸ਼ਵੀਹ ਦਿੱਤੀ ਹੈ। ਤਾਂ ਇਹਦੇ ਪਿੱਛੇ ਇੱਕ ਏਜੰਡਾ ਜ਼ਰੂਰ ਹੋ ਸਕਦਾ ਹੈ ਜਿਹੜਾ ਕਿ ਇੱਕ ਪੋਲਰਾਈਜੇਸ਼ਨ ਦਾ, ਕਿਉਂਕਿ ਜੇ ਹੁਣ ਅੰਮ੍ਰਿਤ ਦੇਖਣਾ ਹੋਏਗਾ ਕਿ ਅੰਮ੍ਰਿਤਪਾਲ ਦੀਆਂ ਕੰਡੀਸ਼ਨ ਕੀ ਨੇ, ਜਿਹੜੀਆਂ ਕੰਡੀਸ਼ਨ ਦੇ ਨਾਲ ਉਹਨਾਂ ਰਿਲੀਜ਼ ਹੋਣਾ, ਜੇ ਉਹ ਆ ਕੇ ਕੋਈ ਬਿਆਨਬਾਜ਼ੀ ਕਰਦੇ ਨੇ ਸਹੁੰ ਚੁੱਕਣ ਤੋਂ ਬਾਅਦ ਜਾਂ ਪਹਿਲਾਂ ਉਹਦੇ ਨਾਲ ਕੋਈ ਇੱਦਾਂ ਦਾ ਪ੍ਰੋਵੋਕੇਟਿਵ ਬਿਆਨ ਦਿੰਦੇ ਨੇ, ਤਾਂ ਇਹ ਇੱਕ ਪੋਲਰਾਈਜੇਸ਼ਨ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਉੱਭਰ ਸਕਦੀਆਂ ਦੇਸ਼ ਦੇ ਵਿੱਚ, ਜਿਹੜੀ ਕਿ ਬੀਜੇਪੀ ਭਾਲ ਰਹੀ ਹੈ ਮਤਲਬ ਕਿ ਇੱਦਾਂ ਦਾ ਮੁੱਦਾ ਸਭ ਲੱਭ ਜੇ, ਤਾਂ ਉਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਪਰ ਪੰਜਾਬ ਦੇ ਐਂਗਲ ਤੋਂ
ਅੰਮ੍ਰਿਤਪਾਲ ਦਾ ਜਿਹੜਾ ਸਹੁੰ ਚੁੱਕਣਾ ਹੈਗਾ ਆ, ਉਹ ਇਹ ਵੀ ਇੱਕ ਇਸ ਸੈਸ਼ਨ ਦੇ ਵਿੱਚ ਹੀ ਹੋਣਾ ਸੀ, ਤਾਂ ਉਹ ਇੱਕ ਉਹ ਅਮਲ ਪੂਰਾ ਹੋਣ ਜਾ ਰਿਹਾ ਤੇ ਉਹਦੇ ਵਿੱਚ ਰਸ਼ੀਦ ਇੰਜੀਨੀਅਰ ਜਿਹੜੇ ਜੰਮੂ ਕਸ਼ਮੀਰ ਦੇ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਸਹੁੰ ਚੁਕਾਈ ਜਾਣੀ ਹੈ। ਹਾਂਜੀ ਮਾਨ ਸਾਹਿਬ ਜੀ, ਬਹੁਤ ਵਧੀਆ। ਸਾਡੇ ਇੱਕ ਮਿੱਤਰ ਪੱਤਰਕਾਰ ਨੇ ਬਲਬੀਰ ਬੱਬੀ ਜੀ, ਉਹਨਾਂ ਨੇ ਇੱਕ ਕਾਮੈਂਟ ਭੇਜਿਆ ਆਪਣੀ ਇਸ ਵਾਰਤਾਲਾਪ ਦੇ ਉੱਪਰ। ਕਹਿੰਦੇ ਨੇ ਪੰਜਾਬ ਭਾਰਤ ਤੇ ਦੁਨੀਆਂ ਦੀ ਸਿਆਸਤ ਦੀ ਵਧੀਆ ਪੇਸ਼ਕਾਰੀ। ਬਹੁਤ ਵਧੀਆ। ਦੇਖੋ ਇੱਕ ਪੱਤਰਕਾਰ ਦੂਜੇ ਪੱਤਰਕਾਰ ਲਈ ਇਸ ਕਿਸਮ ਦੇ ਲਫ਼ਜ਼ ਵੀ ਵਰਤ ਰਹੇ ਨੇ ਔਰ ਵਾਜਬ ਨੇ, ਇਹਦੇ ਚ ਕੋਈ ਸ਼ੱਕ ਨਹੀਂ ਲੱਗਦਾ। ਔਰ ਮੈਨੂੰ ਵੀ ਇਹ ਮਹਿਸੂਸ ਹੋ ਰਿਹਾ ਕਿ ਤੁਹਾਡੀਆਂ ਜਿਹੜੀਆਂ ਆਬਜ਼ਰਵੇਸ਼ਨ ਨੇ ਜਨਰਲ, ਮਤਲਬ ਨਾ ਸਿਰਫ ਪੰਜਾਬ ਵਾਸਤੇ ਭਾਰਤ ਵਾਸਤੇ ਸਗੋਂ ਵਿਦੇਸ਼ ਦੀ, ਜਦੋਂ ਤੁਸੀਂ ਜੋ ਬਾਈਡਨ ਦੀ ਔਰ ਪ੍ਰੈਜੀਡੈਂਟ ਪੁਰਾਣੇ ਪ੍ਰੈਜੀਡੈਂਟ ਟਰੰਪ ਦੀ ਬਹਿਸ ਦੀ ਗੱਲ ਕੀਤੀ ਹੈ, ਉਹਦਾ ਵੀ ਜ਼ਿਕਰ ਜਿਹੜਾ ਹੈਗਾ ਇਸ ਕਿਸਮ ਦਾ ਆਉਣਾ, ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਤੁਹਾਡਾ ਜਿਹੜਾ ਕੱਦ ਹੈਗਾ ਉਹ ਸੱਚੀ ਮੁੱਚੀ ਪੱਤਰਕਾਰੀ ਦੇ ਵਿੱਚ ਇੱਕ ਆਪਣੇ ਆਪ ਚ ਇੱਕ ਨਵਾਂ ਪੈਂਤਰਾ, ਇੱਕ ਨਵੀਆਂ ਪੈੜਾਂ ਪਾਉਣ ਵਾਲਾ ਔਰ ਉਹਦੇ ਚ ਬੇਬਾਕੀ ਵਾਲਾ ਜਿਹੜਾ ਇਮੇਜ ਜਿਹੜਾ ਹੈਗਾ, ਜਿਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਪੇਸ਼ ਕਰ ਰਹੇ ਹੋ, ਮੈਨੂੰ ਬਹੁਤ ਚੰਗਾ ਲੱਗਿਆ। ਔਰ ਮੈਂ ਆਮ ਤੌਰ ਦੇ ਉੱਪਰ ਪੱਤਰਕਾਰਾਂ ਦੇ ਵਿੱਚ ਥੋੜੀ ਜਿਹੀ ਰੈਜ਼ਰਵੇਸ਼ਨ ਵੇਖਦਾ ਹੁੰਦਾ ਵੀ ਉਹ ਗੱਲ ਤੋਂ ਥੋੜਾ ਥੋੜਾ ਜਿਹਾ ਕਹਿਣ ਤੋਂ ਸ਼ਰਮਾਉਂਦੇ ਨੇ, ਪਰ ਤੁਸੀਂ ਉਹਨੂੰ ਪੂਰੇ ਹਿੱਕ ਦੇ ਜ਼ੋਰ ਨਾਲ ਵੀ ਕਹਿ ਰਹੇ ਹੋ ਔਰ ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਉਹਨੂੰ ਪੇਸ਼ ਵੀ ਕਰ ਰਹੇ ਹੋ। ਇਹ ਆਪਣੇ ਆਪ ਵਿੱਚ ਇੱਕ ਅੱਛੀ ਕੋਸ਼ਿਸ਼ ਰਹਿਣੀ ਸਾਡੀ ਚਾਹੀਦੀ ਹੈ। ਧੰਨਵਾਦ ਤੁਹਾਡਾ ਬਹੁਤ ਬਹੁਤ ਮਾਨ ਸਾਹਿਬ, ਪਰ ਆਪਣੀ ਕੋਸ਼ਿਸ਼ ਹੈ, ਇੱਦਾਂ ਦੀ ਕੋਈ ਬਹੁਤ ਵੱਡੀ ਗੱਲ ਨਹੀਂ, ਆਪਣਾ ਫਰਜ਼ ਵੀ ਹੈ। ਕੋਈ ਜ਼ਰੂਰੀ ਸਾਰੇ ਸਰੋਤੇ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਸਹਿਮਤ ਹੋਣ ਜਾਂ ਮੇਰੇ ਗੈਸਟ ਦੀ ਜਿਹੜੀ ਪੋਜੀਸ਼ਨ ਹੈਗੀ ਉਹਦੇ ਨਾਲ ਸਹਿਮਤ ਹੋਣ, ਪਰ ਲੇਕਿਨ ਉਹ ਤਾਂ ਉਹਨਾਂ ਦਾ ਹੱਕ ਬਣਦਾ, ਉਹ ਤਾਂ ਵੱਖਰੀ ਰਹਿ ਰੱਖਣੀ ਤਾਂ ਹੋਰ ਗੱਲ ਹੈਗੀ ਹੈ। ਪਰ ਮੈਨੂੰ ਲੱਗਦੀ ਹੈ ਤੁਸੀਂ ਬਹੁਤ ਵੱਡੀ ਮੈਜੋਰਿਟੀ ਨੂੰ ਰਿਪ੍ਰਜੈਂਟ ਕਰਦੇ ਹੋ, ਜਿਹਦੇ ਵਿੱਚ ਜਿਹੜਾ ਜਿਹੜਾ ਵਿਊ ਜਿਹੜਾ ਹੈਗਾ ਤੁਸੀਂ ਆਪਣੇ ਤੌਰ ਦੇ ਉੱਪਰ ਸ਼ੇਅਰ ਕੀਤਾ ਹੈਗਾ। ਔਰ ਮੇਰੇ ਵੱਲੋਂ ਸੱਚੀ ਮੁੱਚੀ ਤੁਹਾਡੇ ਵਿੱਚ ਜਿਹੜਾ ਜੋ ਲੱਛਣ ਦਿਖਾਈ ਦਿੰਦੇ ਨੇ ਉਹ ਬਹੁਤ ਸ਼ਾਨਦਾਰ ਨੇ, ਔਰ ਮੇਰੀਆਂ ਸ਼ੁਭਕਾਮਨਾਵਾਂ ਨੇ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਇਸੇ ਬੇਬਾਕੀ ਨਾਲ ਗੱਲ ਕਹਿੰਦੇ ਜਾਓ ਔਰ ਤੁਹਾਡੀ ਜਿਹੜੀ ਕਹਿਣ ਦਾ ਜਿਹੜਾ ਢੰਗ ਹੈਗਾ ਉਹ ਨਾ ਸਿਰਫ ਦੇਸ਼ ਦੇ ਵਿੱਚ ਬਲਕਿ ਵਿਦੇਸ਼ ਦੇ ਵਿੱਚ ਵੀ ਜਿਹੜਾ ਹੈਗਾ ਉਹ ਆਪਣੇ ਆਪ ਵਿੱਚ ਮਾਣ ਮੱਤਾ ਹੋਏਗਾ, ਕਿਉਂਕਿ ਅਸੀਂ ਸਾਡੀ ਜਿਹੜੀ ਸਰਵਿਸ ਹੈਗੀ ਹੈ, ਮੈਂ ਆਪਣੇ ਮੂੰਹ ਤਾਂ ਨਹੀਂ ਕਹਿਣਾ ਚਾਹੁੰਦਾ ਗਾ, ਪਰ ਉਹ ਤਕਰੀਬਨ ਰੇਡੀਓ ਨੂੰ ਅਵੈਲੂਏਸ਼ਨ ਕਰਨ ਵਾਲੀ ਇੱਕ ਏਜੰਸੀ ਸੀਗੀ, 5 ਸਾਲ ਹੋ ਗਏ ਉਹਨਾਂ ਨੇ ਸਾਨੂੰ ਨੰਬਰ 1 ਪੰਜਾਬੀ ਪ੍ਰੋਗਰਾਮਾਂ ਦੇ ਵਿੱਚ ਰੇਟ ਕੀਤਾ ਸੀਗਾ ਔਰ ਉਹ ਵੀ ਕੰਟੈਂਟ। ਸੋ ਮੈਨੂੰ ਖੁਸ਼ੀ ਹੁੰਦੀ ਹੈ ਤੁਹਾਡੇ ਵਰਗੇ ਜਿਹੜੇ ਚੰਗੇ ਲੋਕ ਨੇ ਢੰਗ ਨਾਲ ਤੁਸੀਂ ਹੋਸਟ ਕਰਦੇ ਹੋ ਉਹ ਤੁਹਾਡੀ ਆਪਣੀ ਕੋਈ ਥੋੜੇ ਸੈਕਿੰਡ ਹੋਰ ਹੈਗੇ ਨੇ, ਕੋਈ ਜਾਂਦੇ ਕੋਈ ਹੋਰ ਕਹਿਣਾ ਚਾਹੁੰਦੇ ਹੋ?
ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਮਤਲਬ ਕਿ ਜੋ ਇਹ ਗੱਲ ਕਹੀ ਸੀਗੀ ਕਿ ਜਿਹੜੀ ਡੈਮੋਕਰੇਸੀ ਆ, ਡੈਮੋਕਰੇਸੀ ਦਾ ਜਿਹੜਾ ਐਂਗਲ ਆ ਉਹਦੇ ਵਿੱਚ ਇਹੀ ਹੈ ਕਿ ਇਹ ਡੈਮੋਕਰੇਸੀ ਆਪਣੇ ਆਪ ਨੂੰ ਨਿੱਤ ਨਵਿਆਉਂਦੀ ਰਹਿੰਦੀ ਹੈ। ਜੋ ਜਿਹੜੀ ਗੱਲ ਉਹਨਾਂ ਨੇ ਆਖੀ ਸੀ ਅਮਰੇਦਕਰ ਨੇ, ਮੈਂ ਲਾਸਟ ਤੇ ਇਹੀ ਕਹੂੰਗਾ ਕਿ ਪੋਲੀਟੀਕਲ ਡੈਮੋਕਰੇਸੀ ਦਾ ਕੋਈ ਮਾਇਨਾ ਨਹੀਂ ਜਦੋਂ ਤੱਕ ਸੋਸ਼ਲ ਡੈਮੋਕਰੇਸੀ ਨਹੀਂ ਹੁੰਦੀ। ਤਾਂ ਉਹ ਇੱਕ ਐਂਗਲ ਹੈਗਾ ਜੇ ਜਦੋਂ ਦੇਸ਼ ਉਸ ਪਾਸੇ ਵੱਲ ਨੂੰ ਵਧੇਗਾ, ਕਾਸਟ ਸੈਂਸਿਸ ਦੀ ਵੀ ਹੁਣ ਗੱਲ ਹੋ ਰਹੀ ਹੈ, ਤਾਂ ਇਹ ਨਿਰਸੰਦੇਹ ਭਾਰਤ ਦੇ ਵਿੱਚ, ਵਿਸ਼ਵ ਦੇ ਵਿੱਚ ਸੋਸ਼ਲ ਡੈਮੋਕਰੇਸੀ ਵੀ ਨਾਲੋਂ ਨਾਲ ਜਦੋਂ ਆਉਂਦੀ ਰਹੇਗੀ ਤਾਂ ਪੋਲੀਟੀਕਲ ਡੈਮੋਕਰੇਸੀ ਦਾ ਮਜ਼ਬੂਤ ਹੋਣਾ ਜਿਹੜਾ ਹੈਗਾ ਸੁਭਾਵਿਕ ਹੈ। ਬਹੁਤ ਮਿਹਰਬਾਨੀ ਜੀ, ਅਸੀਂ ਸਮੇਂ ਦੇ ਅਖੀਰਲੇ ਪਲ ਵਿੱਚ ਆ ਗਏ ਹਾਂ ਔਰ ਮੈਨੂੰ ਇਜਾਜ਼ਤ ਲੈਣੀ ਪਏਗੀ ਆਪਣੇ ਸਰੋਤਿਆਂ ਕੋਲੋਂ। ਬਹੁਤ ਸ਼ਾਨਦਾਰ, ਤੁਸੀਂ ਲਾਈਨ ਦੇ ਉੱਪਰ ਬਣੇ ਰਹਿਣਾ, ਮੈਂ ਥੋੜਾ ਜਿਹਾ ਇਹਨੂੰ ਆਫ ਕਰਨ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ। ਬਹੁਤ ਮਿਹਰਬਾਨੀ ਜੀ, ਔਰ ਤੁਹਾਡਾ ਜਿਹੜਾ ਪ੍ਰੈਜੈਂਟੇਸ਼ਨ ਸੀਗੀ ਸੱਚੀ ਮੁੱਚੀ ਆਈ ਐਮ ਡਿਲਾਈਟਡ ਵਿਦ ਦੈਟ, ਬਹੁਤ ਚੰਗਾ ਹੈ। ਮੈਨੂੰ ਲੱਗਦਾ ਧੰਨਵਾਦ ਤੁਹਾਡਾ ਮੌਕਾ ਦੇਣ ਦੇ ਲਈ, ਦੱਸ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਸੰਦ ਆਇਆ, ਇੱਕ ਬਹੁਤ ਵੱਡੀ ਗੱਲ ਹੈ। ਲਓ ਦੋਸਤੋ, ਮੈਂ ਇਹਦੇ ਨਾਲ ਪ੍ਰੋਗਰਾਮ ਸਮਾਪਤ ਕਰਨ ਲਈ ਆ ਗਿਆ ਜੀ, ਤੇ ਅਗਲੇ ਪ੍ਰੋਗਰਾਮ ਦੀ ਤੁਹਾਨੂੰ ਦਾਵਤ ਦਿੰਦਾ ਹੋਇਆ ਤੁਹਾਡੇ